ਮਿਲੇ ਧੋਖੇ ਧੱਕੇ ਯਾਰ ਬਣ ਕੇ ਪੱਕੇ, ਦੇ ਗਏ ਗਹਿਰੇ ਅਲਫਾਜ਼ ਨਹੀਂ, ਇੱਥੇ ਸਭ ਕੁਝ ਵਿਕਦਾ ਬੰਦਾ ਤਾਂ ਕਿੱਥੇ ਲਿਖਦਾ, ਲਿਖਾਉਂਦੇ ਗਹਿਰੇ ਰਾਜ਼ ਨਹੀਂ, ਦੋਗਲੇ ਦੀ ਨਾ ਕਰ ਚਿੰਤਾ, ਜਾਣ ਵਾਰਾਂ ਇੱਕ ਯਾਰ ਤੋਂ, ਉਹ ਲੋਥਾਂ ਤੋਂ ਨਾ ਰੱਖੀ ਕਦੇ ਆਸ ਰੱਖੀ ਆ ਕਰਤਾਰ ਤੋਂ। ਕਿਸੇ ਕਲਾਕਾਰ ਨੂੰ ਤੁਸੀਂ ਕੋਲ ਜਾ ਕੇ ਤੇ ਆਖਿਆ ਕਿ ਭਾਈ ਮੇਰੇ ਤੇ ਥੋੜੀ ਕਿਰਪਾ ਕਰੋ, ਮੇਰੇ ਗਾਣੇ ਗਾ ਦਿਓ। ਨੀ ਤੇਰੀ ਤੋਰ ਜਿਵੇਂ ਕੋਈ ਮੋਰ, ਮੋਰ ਨੀ ਪਹਿਲਾਂ ਪਾਵੇ ਜਦੋਂ ਤੂੰ ਆਵੇਂ ਨੀ ਮਾਹਰ ਮੁਕਾਵੇਂ, ਉਹ ਤੋਂ ਕਰੇ ਇਸ਼ਾਰੇ ਨੀ ਅਦਾ ਤੇਰੀ ਮਸਤਾਨੀ, ਸਾਨੂੰ ਕੁਝ ਤਾਂ ਦੱਸ ਜਾਨੀ, ਉਦਲ ਜਾਨੀ ਉਦਲ ਜਾਨੀ। ਇੱਕ ਦੋ ਜਾਣਿਆਂ ਕੋਲ ਗਏ ਹਾਂ ਤੇ ਉਹਨਾਂ ਨੇ ਕੋਈ ਰਿਸਪੋਂਸ ਨਹੀਂ ਦਿੱਤਾ ਗਾ। ਅੱਜ ਕੱਲ੍ਹ ਪੈਸਾ ਮੌਖਾ ਗਾ, ਤੁਹਾਨੂੰ ਵੀ ਪਤਾ ਹੀ ਹੈਗਾ, ਨਹੀਂ ਫੜਿਆ ਨਹੀਂ ਹੱਥ ਕਿਸੇ ਨੇ ਵੀ ਕਿ ਨਸ਼ੇ ਛੱਡੋ, ਕੋੜ ਵੱਢੋ, ਮਨ ਵਿੱਚੋਂ ਨਫ਼ਰਤ ਕੱਢੋ, ਨਾ ਕਰੋ ਕਦੇ ਨਸ਼ਾ, ਦੁਨੀਆਂ ਤੋਂ ਜਾਂਦੇ ਰਹੋ ਹਮੇਸ਼ਾ, ਨਾ ਹੀ ਖਾਓ ਪੋਸਤ, ਨਾ ਹੀ ਪੀਓ ਸ਼ਰਾਬ, ਪੋਸਤ ਅਤੇ ਸ਼ਰਾਬ ਇਹ ਇਨਸਾਨ ਨੂੰ ਕਰਦੇ ਨੇ ਖਰਾਬ। ਤੁਸੀਂ ਜਿਸ ਤਰ੍ਹਾਂ ਕਿਹਾ ਕਿ ਕਿਸੇ ਤੋਂ ਅਸੀਂ ਆਸ ਨਹੀਂ ਰੱਖੀ, ਕਰਤਾਰ ਤੋਂ ਰੱਖੀ, ਇਹ ਸੱਚੀ ਆਪਦੇ ਤੇ ਢੁੱਕਦੀ ਹੈ ਗੱਲ? ਹਾਂਜੀ ਬਿਲਕੁਲ। ਫੈਮਿਲੀ ਨੇ ਕਦੇ ਇਹ ਨਹੀਂ ਆਖਿਆ ਕਿ ਜਗਦੀਪ ਤੂੰ ਕਿਉਂ ਐਵੇਂ ਗਾਣੇ ਜੇ ਲਿਖ ਲਿਖ ਕਾਪੀਆਂ ਖੜੀਆਂ ਕਰੀ ਜਾਂਦਾ, ਤਾਂ ਫਾਇਦਾ ਤਾਂ ਹੈ ਨਹੀਂ। ਸੱਚ ਪੁੱਛੋ ਤਾਂ ਘਰ ਦੇ ਗਾਲਾਂ ਹੀ ਕੱਢਦੇ ਆ। ਪਰ ਮੈਂ ਸੁਣਿਆ ਕਿ ਗੈਰੀ ਸੰਧੂ ਨੂੰ ਵੀ ਜੇ ਕੋਈ ਅਪਰੋਚ ਕਰਦਾ ਤਾਂ ਗੈਰੀ ਨੂੰ ਜੇ ਪਸੰਦ ਆ ਜਾਂਦਾ ਗਾਣਾ ਜਾਂ ਦਿਲ ਨੂੰ ਲੱਗਦਾ ਤਾਂ ਗੈਰੀ ਜ਼ਰੂਰ ਹਾਂ ਕਹਿ ਦਿੰਦੇ। ਤੁਸੀਂ ਕਦੇ ਸੋਚਿਆ ਨਹੀਂ ਵੀ ਗੈਰੀ ਵਰਗਿਆਂ ਨੂੰ ਕਦੀ ਅਪਰੋਚ ਕਰੀਏ? ਮੈਂ ਜਦੋਂ ਨਿੱਕਾ ਹੁੰਦਾ ਸੀ ਉਦੋਂ ਤੋਂ ਹੀ ਮੈਨੂੰ ਵਧੀਆ ਲੱਗਦਾ ਸੀਗਾ ਗੈਰੀ ਸੰਧੂ, ਅੱਜ ਵੀ ਆਪਣਾ ਫੇਵਰੇਟ ਹੈ ਗੈਰੀ ਸੰਧੂ, ਮੈਨੂੰ ਬਹੁਤ ਵਧੀਆ ਲੱਗਦਾ ਗੈਰੀ ਸੰਧੂ। ਉਹ ਤਾਂ ਮੇਰੇ ਹੱਥ ਨਾ ਆਈ ਕੰਨੀ, ਉਹ ਹੱਥ ਮੈਂ ਲਾਲੇ, ਇੰਨੇ ਸੀ ਦਿਲ ਮੈਨੂੰ ਤੱਕਦੇ, ਉਹਨਾਂ ਨੂੰ ਕੌਣ ਸੰਭਾਲੇ, ਮੈਨੂੰ ਤਾਂ ਕਿਹਨੇ ਦੱਸਣਾ, ਹੁਣੇ ਨਾ ਗੱਲ ਆਪ ਕਰੀ, ਮੈਥੋਂ ਵੀ ਦਿਲ ਕਈ ਟੁੱਟੇ, ਰੱਬਾ ਵੇ ਮਾਫ ਕਰੀ, ਮੈਥੋਂ ਵੀ ਦਿਲ ਕਈ ਟੁੱਟੇ। ਗਾਣਾ ਤਾਂ ਤੁਸੀਂ ਸੋਹਣਾ ਲਿਖਿਆ ਔਰ ਗਾਇਆ ਵੀ ਸੋਹਣਾ, ਫਿਰ ਤੁਹਾਨੂੰ ਐਂ ਲੱਗਿਆ ਕਿ ਲਾਈਵ ਕੰਸਰਟ ਵਾਲਾ ਗਾਣਾ ਕਿਸੇ ਅਖਾੜੇ 'ਚ ਜਾ ਕੇ ਗਾ ਲੈਣਾ? ਕਿ ਅੱਜ ਕੱਲ੍ਹ ਨਾ ਹਥਿਆਰਾਂ ਹਥਿਓਰਾਂ ਵਾਲੇ ਗਾਣੇ ਬਹੁਤ ਚੱਲਦੇ ਨੇ, ਜਾਂ ਜਿਹਨੂੰ ਲੱਚੜ ਗਾਇਕੀ ਆਪਾਂ ਕਹਿ ਦਿੰਦੇ ਹਾਂ, ਉਹ ਬਹੁਤ ਚੱਲਦੀ ਹੈ ਅੱਜ ਕੱਲ੍ਹ ਦਾ ਸਮਾਂ ਹੀ ਇਹੋ ਜਿਹਾ ਗਾ, ਚੱਲਦੇ ਹੀ ਉਹੋ ਜਿਹੇ ਹੈਗੇ ਗਾਣੇ, ਆ ਵਧੀਆ ਭਾਈਚਾਰਕ ਵਾਲੇ ਗਾਣੇ ਤਾਂ ਚੱਲਦੇ ਹੀ ਨਹੀਂ ਅੱਜ ਕੱਲ੍ਹ, ਉਹ ਉੱਦਾਂ ਦੇ ਚੱਲਦੇ ਹੈਗੇ, ਜੇ ਕਿਸੇ ਨੂੰ ਸੁਣਾਓ ਵੀ ਤਾਂ ਇੱਦਾਂ ਪੁੱਠਾ ਸਿਰ ਮਾਰ ਦਿੰਦੇ ਹੈਗੇ। ਉਦੋਂ ਛੋਟੇ ਸੀ ਜਿੰਨੇ ਕੁ ਆਪਦੇ ਫਰੈਂਡ ਸਰਕਲ ਚ ਸੀਗੇ, ਨਾਲ ਦੇ ਹੁੰਦੇ ਹੈਗੇ, ਉਹਨਾਂ ਨੂੰ ਸੁਣਾਇਆ ਹੈਗਾ ਤੇ ਉਹਨਾਂ ਨੇ ਕਿਹਾ ਨੀ ਤੂੰ ਲਾਰੈਂਸ ਬਣਿਆ ਫਿਰਦਾ? ਨਹੀਂ ਏਦਾਂ ਨਹੀਂ ਕਿਹਾ ਹੈਗਾ, ਮਤਲਬ ਏਦਾਂ ਕਹਿੰਦੀ ਹਾਂ ਹਾਂ ਚੱਲੂ ਸਿਰਾ ਹੋ ਜਾਣਾ ਬਸ। ਵੈਸੇ ਪ੍ਰਧਾਨ ਨੇ ਗਾਉਣ ਕਿਉਂ ਨਹੀਂ ਦਿੱਤਾ? ਬਸ ਉਹਨਾਂ ਦੀ ਮਰਜ਼ੀ ਹੈ ਨਾ, ਜਿੱਦਾਂ ਉਹਨਾਂ ਦੇ ਅਕੋਰਡਿੰਗ ਟਾਈਮ ਟੇਬਲ ਹੁੰਦਾ, ਉਹਨਾਂ ਦੇ ਆਪਦੇ ਕੋਈ ਸੱਦੇ ਹੁੰਦੇ ਪਰਸਨਲ। ਕੋਟੋ ਰੋਡ ਚੱਲੇ ਇੱਕ ਮੋਗੇ ਵੱਲ ਨੂੰ, ਪਿੰਡ ਪੈਂਦਾ ਮੇਰਾ ਰਾਹ ਵਿੱਚ ਨਹੀਂ, ਦਿਲ ਕਰੇ ਕਦੇ ਉੱਥੇ ਆ ਜਾਵੀਂ, ਲੌਂਗ ਲੈਚੀ ਪਾ ਪਿਆਵਾਂਗੇ ਚਾਹ ਵਿੱਚ ਨਹੀਂ, ਮੈਪ ਤੇ ਜੇ ਲੱਭੇ ਜ਼ਿਲ੍ਹਾ ਮੋਗਾ, ਪੰਜ ਗ੍ਰਾਈਂ ਖੁਰਦਾਊ ਨਾਂ ਵਿੱਚ ਨਹੀਂ, ਘੈਂਟ ਮੇਰਾ ਪਿੰਡ ਸੋਹਣੀ ਨਗਰੀ, ਤੇ ਰੱਬ ਵਸੇ ਮੇਰੇ ਗ੍ਰਾਂ ਵਿੱਚ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਤੋਂ ਗੱਲਾਂ ਕਰੀਏ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਅਕਸਰ ਅਸੀਂ ਤੁਹਾਡੀ ਮੁਲਾਕਾਤ ਕਰਵਾਉਂਦੇ ਹੁੰਦੇ ਹਾਂ ਕੁਝ ਹੀਰੋਜ਼ ਦੇ ਨਾਲ, ਜੋ ਆਪਣੀ ਜ਼ਿੰਦਗੀ ਦੇ ਹੀਰੋ ਨੇ, ਜਿਨ੍ਹਾਂ ਦਾ ਸਟਰਗਲ ਬਹੁਤ ਜ਼ਿਆਦਾ ਹੈ, ਜਾਂ ਜੋ ਸਟਰਗਲ ਦੇ ਵਿੱਚੋਂ ਨਿਕਲ ਕੇ ਆਏ ਨੇ, ਜਾਂ ਕਈ ਵਾਰ ਉਹ ਮੰਤਰੀ ਹੁੰਦੇ ਨੇ, ਕਈ ਵਾਰ ਵਿਧਾਇਕ ਹੁੰਦੇ ਨੇ, ਪਰ ਅੱਜ ਆਪਾਂ ਇੱਕ ਆਮ ਇਨਸਾਨ ਨੂੰ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਲਿਖਣ ਦਾ ਸ਼ੌਂਕ ਹੈ, ਜਿਨ੍ਹਾਂ ਦੇ ਵਿੱਚ ਲਿਖਣ ਦੀ ਕਲਾ ਹੈ, ਪਰ ਕਿਤੇ ਨਾ ਕਿਤੇ ਉਹ ਕਲਾ ਜਿਹੜੀ ਹੈ ਉੱਭਰ ਕੇ ਸਾਹਮਣੇ ਨਹੀਂ ਆ ਰਹੀ, ਅਤੇ ਉਹ ਕਿਸ ਤਰ੍ਹਾਂ ਲਿਖਦੇ ਨੇ, ਕਦੋਂ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ, ਉਹਨਾਂ ਦੇ ਗਾਣੇ ਕੀ ਨੇ, ਕੀ ਸਟਰਗਲ ਉਹਨਾਂ ਨੂੰ ਕਰਨਾ ਪੈ ਰਿਹਾ ਹੈ, ਤਾਂ
ਅੱਜ ਆਪਾਂ ਤੁਹਾਡੀ ਮੁਲਾਕਾਤ ਕਰਾਵਾਂਗੇ ਜ਼ਿਲ੍ਹਾ ਮੋਗਾ ਦੇ ਪਿੰਡ ਪੰਜ ਗੁਰਾਈ ਖੁਰਦ ਦੇ ਰਹਿਣ ਵਾਲੇ ਜਗਦੀਪ ਸਿੰਘ ਦੇ ਨਾਲ। ਜਗਦੀਪ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਹਾਂਜੀ ਵਧੀਆ ਜੀ। ਜਗਦੀਪ, ਤੁਸੀਂ ਕਦੋਂ ਲਿਖਣਾ ਸ਼ੁਰੂ ਕੀਤਾ ਸੀ ਤੇ ਕੀ ਤੁਹਾਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੁਣ ਤੱਕ? ਮੈਂ 6ਵੀਂ ਕਲਾਸ 'ਚ ਸੀਗਾ ਜੀ ਜਦੋਂ, ਤੇ ਇੱਕ ਨਾ ਸਕੂਲ 'ਚ ਛੋਟਾ ਜਿਹਾ ਕੰਪੀਟੀਸ਼ਨ ਹੋਇਆਗਾ ਤੇ ਉਹਦੇ ਵਿੱਚ ਕਵਿਤਾਵਾਂ ਲਿਖਣੀਆਂ ਸੀ। ਜ਼ਿਆਦਾ ਤੁਹਾਨੂੰ ਪਤਾ ਕੁੜੀਆਂ ਹੀ ਹੁੰਦੀਆਂ ਇਹਨਾਂ ਕੰਮਾਂ 'ਚ ਅੱਗੇ, ਤੇ ਉੱਥੇ ਜਦੋਂ ਕਵਿਤਾਵਾਂ ਲਿਖਣੀਆਂ ਸੀ ਤੇ ਕੁੜੀਆਂ ਯਾਦ ਕਰਕੇ ਆਈਆਂ ਸੀਗੀਆਂ ਕਿਸੇ ਨਾ ਕਿਸੇ ਰਾਈਟਰ ਦੀਆਂ, ਤੇ ਮੈਂ ਉੱਥੇ ਟੀਚਰਾਂ ਨੂੰ ਕਿਹਾ, ਮੈਂ ਕਿਹਾ ਮੈਂ ਵੀ ਲਿਖਣਾ ਚਾਹੁੰਦਾ ਗਾ ਹਨਾ, ਤੇ ਉਹ ਕਹਿੰਦੇ ਤੂੰ ਕਿਸੇ ਦੀ ਕੋਈ ਪੋਇਮ ਯਾਦ ਕਰਕੇ ਆਏਗਾ, ਤੇ ਮੈਂ ਕਿਹਾ ਮੈਂ ਲਿਖੂੰਗਾ ਜੀ ਕੋਈ ਚੱਕਰ ਨੀਗਾ। ਤਾਂ ਮੈਂ ਫਸਟ ਟਾਈਮ ਉੱਥੇ ਪੋਇਮ ਲਿਖੀ ਸੀਗੀ ਤੇ ਉੱਥੇ ਮੈਨੂੰ ਵਧੀਆ ਟੀਚਰਾਂ ਨੇ ਵੀ ਸਪੋਰਟ ਕੀਤੀ ਹਨਾ, ਜਿੰਨੀ ਵੀ ਸੀ, ਕਿ ਨਸ਼ੇ ਛੱਡੋ, ਕੋੜ ਵੱਢੋ, ਮਨ ਵਿੱਚੋਂ ਨਫ਼ਰਤ ਕੱਢੋ, ਨਾ ਕਰੋ ਕਦੇ ਨਸ਼ਾ, ਦੁਨੀਆਂ ਤੋਂ ਜਾਂਦੇ ਰਹੋ ਹਮੇਸ਼ਾ, ਨਾ ਹੀ ਖਾਓ ਪੋਸਤ, ਨਾ ਹੀ ਪੀਓ ਸ਼ਰਾਬ, ਪੋਸਤ ਅਤੇ ਸ਼ਰਾਬ ਇਹ ਇਨਸਾਨ ਨੂੰ ਕਰਦੇ ਨੇ ਖਰਾਬ, ਨਸ਼ਾ ਕਰਕੇ ਆਪਣੇ ਘਰਦਿਆਂ ਨੂੰ ਨਾ ਸਤਾਓ, ਆਪਣੇ ਮਾਤਾ ਪਿਤਾ ਅਤੇ ਹੋਰ ਪਰਿਵਾਰ ਉੱਤੇ ਬੋਝ ਨਾ ਬਣ ਜਾਓ, ਜਿਹੜੇ ਨਸ਼ਾ ਨਹੀਂ ਉਹ ਕਰਦੇ ਉਹੀ ਅੱਜ ਕੱਲ੍ਹ ਅੱਗੇ ਵੱਧਦੇ, ਨਸ਼ਾ ਕਰਕੇ ਨਾ ਹੀ ਚਲਾਓ ਮੋਟਰ, ਨਾ ਹੀ ਚਲਾਓ ਕਾਰ, ਨਹੀਂ ਤਾਂ ਮੌਤ ਦਾ ਬਣਨਾ ਪੈ ਜਾਊਗਾ ਸ਼ਿਕਾਰ। ਫਸਟ ਟਾਈਮ ਮੈਂ ਇਹ ਵਾਲੀ ਕਵਿਤਾ ਲਿਖੀ ਸੀਗੀ 6ਵੀਂ ਕਲਾਸ 'ਚ। ਹਾਂਜੀ 6ਵੀਂ ਕਲਾਸ 'ਚ। ਫਿਰ ਉਸ ਤੋਂ ਬਾਅਦ ਤੁਸੀਂ ਲਿਖਣਾ ਸ਼ੁਰੂ ਕਰਤਾ? ਹਾਂਜੀ ਫਿਰ ਸਟਾਰਟ ਹੋਇਆ। ਹੁਣ ਤੱਕ ਟੈਂਟੇਟਿਵਲੀ ਜੇ ਆਪਾਂ ਮੰਨ ਕੇ ਚੱਲੀਏ ਅੰਦਾਜ਼ਾ ਕਿੰਨੇ ਕੁ ਗਾਣੇ ਤੁਸੀਂ ਲਿਖ ਲਏ? ਨਹੀਂ ਮੈਂ ਕਦੇ ਕਾਊਂਟ ਨਹੀਂ ਕਰੇਗੀ। ਨਾ ਕਦੇ ਗਿਣਿਆਗੇ, ਬਸ ਜੋ ਲਿਖਤਾ ਉਦਾਂ ਹੀ ਪਿਆ ਹੁੰਦਾ। ਕਿਸੇ ਕਲਾਕਾਰ ਨੂੰ ਤੁਸੀਂ ਕੋਲ ਜਾ ਕੇ ਤੇ ਆਖਿਆ ਕਿ ਭਾਈ ਮੇਰੇ ਤੇ ਥੋੜੀ ਕਿਰਪਾ ਕਰੋ, ਮੇਰੇ ਗਾਣੇ ਗਾ ਦਿਓ? ਨਹੀਂ, ਇੱਕ ਦੋ ਜਾਣਿਆਂ ਕੋਲੇ ਗਏ ਆ ਤੇ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾਗਾ। ਅੱਜ ਕੱਲ ਪੈਸਾ ਮੌਕਾਗਾ, ਤੁਹਾਨੂੰ ਵੀ ਪਤਾ ਹੀ ਹੈਗਾ। ਨਹੀਂ ਫੜਿਆ ਨਹੀਂ ਹੱਥ ਕਿਸੇ ਨੇ ਵੀ। ਮਤਲਬ ਏਦਾਂ ਲਿਖਿਆ ਗਾ ਕਿ ਨੀ ਤੇਰੀ ਤੋਰ ਜਿਵੇਂ ਕੋਈ ਮੋਰ, ਮੋਰ ਨੀ ਪਹਿਲਾਂ ਪਾਵੇ ਜਦੋਂ ਤੂੰ ਆਵੇ ਨੀ ਮਾਹਰ ਮੁਕਾਵੇ, ਉਤੋਂ ਕਰੇ ਇਸ਼ਾਰੇ ਨੀ ਅਦਾ ਤੇਰੀ ਮਸਤਾਨੀ, ਸਾਨੂੰ ਕੁਝ ਤਾਂ ਦੱਸ ਜਾਣੀ, ਉਦਲ ਜਾਣੀ ਉਦਲ ਜਾਣੀ। ਏਦਾਂ ਇਹ ਤੁਸੀਂ ਆਪ ਲਿਖਿਆ? ਹਾਂਜੀ। ਤੁਸੀਂ ਕਿਸੇ ਤੋਂ ਪ੍ਰਭਾਵਿਤ ਹੋ ਕੇ ਲਿਖਦੇ ਹੋ ਗਾਣੇ ਜਾਂ ਫਿਰ ਆਪਣੇ ਆਪ ਹੀ, ਮਤਲਬ ਜੋ ਮਨ 'ਚ ਖਿਆਲ ਆਉਂਦੇ ਨੇ? ਨਹੀਂ, ਮਨ 'ਚ ਖਿਆਲ ਹੀ ਆਉਂਦੇ ਹੁੰਦੇ ਸੀਗੇ ਪਹਿਲਾਂ, ਹੌਲੀ ਹੌਲੀ ਜਿੱਦਾਂ ਜਿੱਦਾਂ ਹਨਾ ਜ਼ਿੰਦਗੀ ਵੱਧਦੀ ਗਈ, ਕੁਛ ਕੁ ਗੱਲਾਂ ਹੁੰਦੀਆਂ ਗਈਆਂ, ਫਿਰ ਉਹ ਚੀਜ਼ 'ਤੇ ਉੱਦਾਂ ਉੱਦਾਂ ਢੁੱਕਦਾ ਜਾਂਦਾ, ਫਿਰ ਅੱਗੇ ਦੀ ਅੱਗੇ ਵੱਧਦਾ ਜਾਂਦਾ ਬੰਦਾ, ਫਿਰ ਉੱਦਾਂ ਲਿਖਣ ਲੱਗ ਜਾਂਦਾ ਗਾ। ਕਦੀ ਐ ਨਹੀਂ ਹੋਇਆ ਵੀ ਦਿਲ ਦੁਲ ਟੁੱਟਿਆ? ਕਿਉਂਕਿ ਜ਼ਿਆਦਾਤਰ ਕੀ ਹੁੰਦਾ, ਜਦੋਂ ਦਿਲ ਟੁੱਟਦਾ ਨਾ ਬੰਦੇ ਦਾ, ਠੋਕਰ ਜੀ ਵੱਜਦੀ ਹੈ, ਕਹਿੰਦੇ ਉਦੋਂ ਹੀ ਵਧੀਆ ਸ਼ਾਇਰ ਬਣਦਾ ਹੈ ਜਾਂ ਉਦੋਂ ਹੀ ਵਧੀਆ ਗਾਇਕ ਜਿਹੜਾ ਬਣਦਾ। ਨਹੀਂ ਨਹੀਂ ਐਵੇਂ ਤਾਂ ਕੋਈ ਗੱਲ ਨਹੀਂ ਗੀ, ਮੈਂ ਤੁਹਾਨੂੰ ਦੱਸ ਕੇ ਹਟਿਆ, ਮੈਂ 6ਵੀਂ ਕਲਾਸ 'ਚ ਸੀਗਾ ਉਦੋਂ ਤੋਂ ਹੀ ਲਿਖਦਾ ਗਾ ਮੈਂ, ਇੱਦਾਂ ਦੀ ਤਾਂ ਕੋਈ ਗੱਲ ਨਹੀਂ। ਕੋਈ ਐਸਾ ਗਾਣਾ ਹੋਵੇ ਜਿਹੜਾ ਹੁਣ ਤੱਕ ਤੁਸੀਂ ਲਿਖਿਆ ਹੋਵੇ ਜਿਹਦਾ ਮਤਲਬ ਬੜਾ ਡੂੰਘਾ ਹੋਵੇ ਤੇ ਤੁਹਾਡੇ ਵੀ ਦਿਲ ਦੇ ਬੜਾ ਕਰੀਬ ਹੋਵੇ? ਮਿਲੇ ਧੋਖੇ ਧੱਕੇ ਯਾਰ ਬਣ ਕੇ ਪੱਕੇ, ਦੇ ਗਏ ਗਹਿਰੇ ਅਲਫਾਜ਼ ਨੀ, ਇੱਥੇ ਸਭ ਕੁਝ ਵਿਕਦਾ, ਬੰਦਾ ਤਾਂ ਕਿੱਥੇ ਲਿਖਦਾ, ਲਿਖਾਉਂਦੇ ਗਹਿਰੇ ਰਾਜ਼ ਨੀ, ਦੋਗਲੇ ਦੀ ਨਾ ਕਰ ਚਿੰਤਾ, ਜਣ ਵਾਰਾਂ ਇੱਕ ਯਾਰ ਤੋਂ, ਉਹ ਲੋਥਾਂ ਤੋਂ ਨਾ ਰੱਖੀ ਕਦੇ ਆਸ, ਰੱਖੀ ਆ ਕਰਤਾਰ ਤੋਂ। ਇੱਥੇ ਦੇ ਕਿੰਨੇ ਲੁਕ ਗਏ ਤੇ ਕਿੰਨੇ ਫੁੱਕ ਗਏ, ਸਿਵੇਂ ਬਹੁਤੀ ਦੂਰ ਨਾ, ਅੱਤ ਚੱਕੀ ਅੰਤ ਆ ਗਿਆ ਤੇ ਕਿੰਨੇ ਘਰ ਹੰਕਾਰ ਖਾ ਗਿਆ, ਕਰ ਕਿਸੇ ਗੱਲ ਦਾ ਗਰੂਰ ਨਾ, ਜਿੱਤ ਕੇ ਵੀ ਹਾਰਨਾ, ਹਾਰ ਮੰਨੀ ਨਾ ਕਦੇ ਹਾਰ ਤੋਂ, ਉਹ ਲੋਥਾਂ ਤੋਂ ਨਾ ਰੱਖੀ ਕਦੇ ਆਸ, ਰੱਖੀ ਆ ਕਰਤਾਰ ਤੋਂ। ਤੁਸੀਂ ਜਿਸ ਤਰ੍ਹਾਂ ਕਿਹਾ ਕਿ ਕਿਸੇ ਤੋਂ ਅਸੀਂ ਆਸ ਨਹੀਂ ਰੱਖੀ, ਕਰਤਾਰ ਤੋਂ ਰੱਖੀ, ਇਹ ਸੱਚੀ ਆਪਦੇ ਤੇ ਢੁੱਕਦੀ ਹੈ ਗੱਲ? ਹਾਂਜੀ ਬਿਲਕੁਲ। ਅੱਛਾ, ਤੁਸੀਂ ਫਿਰ 6ਵੀਂ ਤੋਂ ਲਿਖਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਫਿਰ ਲਿਖਦੇ ਹੀ ਚਲੇ ਗਏ। ਕਈ ਵਾਰ ਇਹ ਹੁੰਦਾ ਨਾ ਕਿ ਆਪਾਂ ਕਹਿ ਦਿੰਦੇ ਹਾਂ ਕਿ ਬੰਦਾ ਗਰੀਬ ਹੈ ਤਾਂ ਨਹੀਂ ਇਹਦੀ ਕਿਸੇ ਨੇ ਬਾਂਹ ਫੜੀ, ਤੁਹਾਨੂੰ ਨਹੀਂ ਮਹਿਸੂਸ ਹੋਇਆ ਕਿ ਮੈਂ ਗਰੀਬ ਹਾਂ ਸ਼ਾਇਦ ਤਾਂ ਨਹੀਂ ਬਾਂਹ ਫੜੀ, ਮੇਰੇ ਕੋਲ ਪੈਸੇ ਘੱਟ ਨੇ ਸ਼ਾਇਦ ਤਾਂ?
ਨਹੀਂ, ਗਰੀਬ ਗਰੀਬੀ ਆਉਂਦੀ ਜ਼ਰੂਰ ਆ ਗਈ। ਸਾਡੇ ਪੰਜਾਬੀ ਵਾਲੇ ਮੈਡਮ ਕਹਿੰਦੇ ਹੁੰਦੇ ਸੀਗੇ ਕਿ ਕੋਈ ਵੀ ਬੰਦਾ ਇੰਨਾ ਅਮੀਰ ਨਹੀਂ ਹੁੰਦਾ ਜੋ ਆਪਣਾ ਬੀਤਿਆ ਕੱਲ੍ਹ ਖਰੀਦ ਸਕੇ, ਤੇ ਕੋਈ ਵੀ ਬੰਦਾ ਇੰਨਾ ਗਰੀਬ ਨਹੀਂ ਹੁੰਦਾ ਕਿ ਆਉਣ ਵਾਲਾ ਕੱਲ੍ਹ ਸਵਾਰ ਨਾ ਸਕੇ। ਬੰਦੇ ਨੂੰ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈਗੀ। ਪੈਸਾ ਧੇਲਾ ਕੰਮ ਕਰਨ ਨਾ ਆਉਣਾ ਗਾ, ਕੰਮ ਕਰੋ, ਹੈ ਨਾ, ਉਸ ਨਾਲ ਹੀ ਜ਼ਿੰਦਗੀ ਚੱਲਦੀ ਹੈ, ਪੈਸੇ ਤੋਂ ਬਿਨਾਂ ਕੁਛ ਨਹੀਂ ਗਾ। ਹੁਣ ਤੁਸੀਂ ਕਮਾਈ ਕਰ ਰਹੇ ਹੋ ਨਾਲ ਨਾਲ? ਹਾਂਜੀ, ਵੈਲਡਿੰਗ ਦੀ ਵਰਕਸ਼ਾਪ ਆਪਣੀ ਪੈਂਦੀ। ਤੁਸੀਂ ਦੱਸਦੇ ਸੀ ਤੁਸੀਂ ਕਬੱਡੀ ਦੇ ਵੀ ਪਲੇਅਰ? ਹਾਂਜੀ, ਕਬੱਡੀ ਤਾਂ ਖੇਡਦੀ ਹਾਂ ਮੈਂ ਅਜੇ ਵੀ। ਤੇ ਤੁਸੀਂ ਕਬੱਡੀ ਖੇਡਦੇ ਹੋ, ਨਾਲ ਨਾਲ ਤੁਸੀਂ ਗਾਣੇ ਵੀ ਲਿਖਦੇ ਹੋ, ਮਤਲਬ ਬੜੀ ਨਾ ਮੈਨੂੰ ਹੈਰਾਨੀ ਜੀ ਹੋ ਰਹੀ ਹੈ ਇੱਕ ਤਰ੍ਹਾਂ ਦੀ, ਕਬੱਡੀ ਖੇਡਣ ਵਾਲੇ ਕਿਵੇਂ ਇੱਧਰ ਗਾਣੇ ਲਿਖਣ ਵਾਲੇ ਪਾਸੇ ਆ ਗਏ? ਨਹੀਂ, ਮੈਂ ਪਹਿਲਾਂ ਮੈਂ ਗਾਣੇ ਹੀ ਲਿਖਦਾ ਸੀਗਾ 6ਵੀਂ ਤੋਂ, ਕਬੱਡੀ ਮੈਂ ਹਾਲਾਂਕਿ 10ਵੀਂ ਕਲਾਸ ਤੋਂ ਖੇਡਣ ਲੱਗਾਂਗਾ। ਪਹਿਲਾਂ ਇਹ ਚੀਜ਼ ਤੁਹਾਨੂੰ ਦੱਸ ਚੁੱਕਾ ਕਿ ਮੈਂ ਕਿੱਥੋਂ ਲੱਗਾਂਗਾ ਗਾਣੇ ਲਿਖਣ। ਤਾਂ ਕਬੱਡੀ ਮੈਂ 10ਵੀਂ ਕਲਾਸ 'ਚ ਸਾਡੇ ਪਿੰਡ ਟੂਰਨਾਮੈਂਟ ਹੁੰਦਾ ਹੁੰਦਾ ਸੀਗਾ, ਮੈਂ ਉੱਥੋਂ ਸ਼ੌਂਕ ਪਿਆ ਦਿਲ 'ਚ, ਹੌਲੀ ਹੌਲੀ ਫਿਰ ਖੇਡਣ ਲੱਗੇ, ਫਿਰ ਜਦੋਂ ਪਿੰਡ ਟੂਰਨਾਮੈਂਟ ਹੁੰਦਾ ਫਿਰ ਦੂਸਰੇ ਬੱਚੇ ਖੇਡਦੇ ਆ, ਉਹਨਾਂ ਨੂੰ ਦੇਖਦੇ ਆਂਗੇ, ਫਿਰ ਅੰਦਰ ਆਪਦੇ ਵੀ ਦਿਲਚਸਪੀ ਜੀ ਵੱਧਦੀ ਹੈਗੀ, ਫਿਰ ਉਹਨਾਂ ਨੂੰ ਦੇਖ ਕੇ ਕਬੱਡੀ ਖੇਡਣ ਲੱਗਾ ਜੀ। ਤੁਹਾਡੇ ਫਾਦਰ ਬਾਹਰ ਰਹਿੰਦੇ ਨੇ ਹਨਾ? ਨਹੀਂ, ਆ ਗਏ ਉਹ, ਆ ਗਏ 18 ਸਾਲ ਬਾਅਦ ਆਏ? ਹਾਂਜੀ, 17-18 ਸਾਲਾਂ ਬਾਅਦ ਵਾਪਸ ਆਏ ਆ। ਫੈਮਿਲੀ ਨੇ ਕਦੇ ਇਹ ਨਹੀਂ ਆਖਿਆ ਕਿ ਜਗਦੀਪ ਤੂੰ ਕਿਉਂ ਐਵੇਂ ਗਾਣੇ ਜੇ ਲਿਖ ਲਿਖ ਕਾਪੀਆਂ ਖੜੀਆਂ ਕਰੀ ਜਾਂਦਾ, ਤਾਂ ਫਾਇਦਾ ਤਾਂ ਹੈ ਨਹੀਂ? ਸੱਚ ਪੁੱਛੋ ਤਾਂ ਘਰ ਦੇ ਗਾਲਾਂ ਹੀ ਕੱਢਦੇ ਹੈਗੇ, ਹਰੇਕ ਗੱਲ ਤੇ ਗਾਲਾਂ ਕੱਢਦੇ ਹੈਗੇ, ਕਹਿੰਦੇ ਤਾਂ ਇੱਥੋਂ ਕੁਛ ਨਹੀਂ ਹੋਣਾਗਾ, ਤੂੰ ਆਹੀ ਨਕਾਰਾ ਰਹਿਣਾਗਾ, ਬਸ ਤੇਰੀ ਜ਼ਿੰਦਗੀ। ਉਹ ਤਾਂ ਮੈਨੂੰ ਇੱਥੋਂ ਤੱਕ ਵੀ ਕਹਿੰਦੇ ਹੈਗੇ, ਕਹਿੰਦੇ ਤੇਰਾ ਵਿਆਹ ਨਹੀਂ ਹੋਣਾ, ਭੁੱਲ ਜਾ। ਪਰ ਇਹਦਾ ਵਿਆਹ ਨਾਲ ਕੀ ਲਿੰਕ ਹੋਇਆ? ਬਸ ਇਵੇਂ ਕਿ ਕੰਮ ਕਾਰ ਨਹੀਂ ਕਰਦਾ ਗਾ, ਇਵੇਂ ਪਿਆਰ ਰਹਿੰਦਾ ਗਾ, ਤੇ ਇੱਥੋਂ ਕੁਛ ਨਹੀਂ ਹੋਣਾ ਗਾ, ਤੂੰ ਕਾਸੇ ਕੰਮ ਦਾ ਨਹੀਂ, ਫਿਰ ਹੁੰਦਾ ਹੀ ਹੈਗਾ ਘਰਦਿਆਂ ਨੂੰ। ਤੁਹਾਨੂੰ ਕਬੂਤਰਾਂ ਦਾ ਵੀ ਸ਼ੌਂਕ ਹੈ ਤੁਸੀਂ ਦੱਸਦੇ ਸੀ? ਹਾਂਜੀ ਹਾਂਜੀ, ਕਬੂਤਰਾਂ ਦਾ ਵੀ ਸ਼ੌਂਕ ਆ। ਫਿਰ ਤੁਹਾਡੇ ਕੋਲ ਜਿਹੜੀ ਵੀ ਕੋਈ ਚੀਜ਼ ਹੈਗੀ ਹੈ ਤੁਸੀਂ ਉਸ ਹਰ ਚੀਜ਼ ਤੇ ਗਾਣਾ ਲਿਖ ਦਿੰਦੇ ਹੋ? ਹਾਂਜੀ, ਥੋੜਾ ਬਹੁਤਾ ਲਿਖਣ ਦੀ ਕੋਸ਼ਿਸ਼ ਕਰਦਾ ਹੁੰਦਾ ਗਾ, ਬਾਕੀ ਜੋ ਪ੍ਰਮਾਤਮਾ ਨੇ ਲਿਖਾਉਣਾ ਗਾ ਉਹਦੀ ਮਰਜ਼ੀ ਹੁੰਦੀ ਹੈਗੀ। ਫਿਰ ਤੁਸੀਂ ਆਪਦੇ ਕਬੂਤਰਾਂ ਤੇ ਵੀ ਲਿਖਿਆ? ਹਾਂਜੀ, ਪਾਲਣ ਵਾਲੇ ਪਾਲ ਲੈਂਦੇ ਸ਼ੇਰ ਬੱਲਿਆ, ਇਹ ਸਭ ਸ਼ੌਂਕ ਦਿਲ ਦੇ ਆ, ਟੇਕ ਕੇ ਮੱਥਾ ਮਾਰਨ ਓਲਾ, ਦੇਖ ਕੇ ਰੂਹ ਵਾਲੇ ਅਲਫਾਜ਼ ਖਿਲਦੇ ਆ, ਮਾਰਨ ਉਡਾਰੀ ਰੰਗ ਬਿਰੰਗੇ, ਗਿਣ ਕੇ ਨਾ ਕਦੇ ਬਦਾਮ ਛਿਲਦੇ ਆ, ਬਾਹਰ ਪਤਾ ਲੱਗਦਾ ਕਿਹਦੇ ਜਿੱਤਦੇ ਬਹਿੰਦੇ ਤੇ ਕਿਹਦੇ ਹਿਲਦੇ ਆ, ਚੱਲ ਕੋਈ ਨਾ ਸਬਰ ਰੱਖ, ਤੈਨੂੰ ਵੀ ਬਾਜੀ ਤੇ ਮਿਲਦੇ ਆ। ਮੈਨੂੰ ਲੱਗਦਾ ਬਾਜੀਆਂ ਬੂਜੀਆਂ ਦੇ ਸ਼ੌਂਕ ਕਰਕੇ ਘਰ ਦੇ ਕਹਿੰਦੇ ਆ ਵੀ ਤੂੰ ਕੁਛ ਨਹੀਂ ਕਰਨਾ ਹੈ। ਹਾਂਜੀ, ਫਿਰ ਸੋਚਿਆ ਕੀ ਹੋਇਆ ਤੁਸੀਂ ਅੱਗੇ ਜ਼ਿੰਦਗੀ ਦੇ ਵਿੱਚ ਕਿ ਮੈਨੂੰ ਕੋਈ ਅਪਰੋਚ ਕਰੇ ਜਾਂ ਮੈਂ ਕਿਸੇ ਨੂੰ ਅਪਰੋਚ ਕਰਾਂ? ਮੈਂ ਇੱਕ ਗੱਲ ਤੁਹਾਨੂੰ ਦੱਸਦੀ ਹਾਂ ਜੋ ਮੈਂ ਸੁਣੀ ਹੈ, ਮੈਨੂੰ ਨਹੀਂ ਪਤਾ ਇਹ 'ਚ ਕਿੰਨੀ ਕੁ ਸੱਚਾਈ ਹੈ, ਪਰ ਮੈਂ ਇਹ ਸੁਣਿਆ ਕਿ ਚਲੋ ਸਿੱਧੂ ਮੂਸੇ ਵਾਲਾ ਬ੍ਰੇਕ ਦਿੰਦਾ ਸੀ ਸਭ ਨੂੰ, ਹਨਾ, ਜੇ ਅੱਜ ਉਹ ਹੁੰਦੇ ਤਾਂ ਤੁਸੀਂ ਉਹਨਾਂ ਦੇ ਕੋਲ ਜਾਂਦੇ, ਮੈਨੂੰ ਉਮੀਦ ਹੈ ਕਿ ਉਹ ਜ਼ਰੂਰ ਤੁਹਾਡੀ ਬਾਂਹ ਫੜਦੇ, ਹਨਾ। ਪਰ ਮੈਂ ਸੁਣਿਆ ਕਿ ਗੈਰੀ ਸੰਧੂ ਨੂੰ ਵੀ ਜੇ ਕੋਈ ਅਪਰੋਚ ਕਰਦਾ ਤਾਂ ਗੈਰੀ ਨੂੰ ਜੇ ਪਸੰਦ ਆ ਜਾਂਦਾ ਗਾਣਾ ਜਾਂ ਦਿਲ ਨੂੰ ਲੱਗਦਾ ਤਾਂ ਗੈਰੀ ਜ਼ਰੂਰ ਹਾਂ ਕਹਿ ਦਿੰਦੇ ਆ, ਤੁਸੀਂ ਕਦੇ ਸੋਚਿਆ ਨਹੀਂ ਵੀ ਗੈਰੀ ਵਰਗਿਆਂ ਨੂੰ ਕਦੇ ਅਪਰੋਚ ਕਰੀਏ? ਹਾਂਜੀ, ਗੈਰੀ ਸੰਧੂ ਮੇਰਾ ਫੇਵਰੇਟ ਹੈ ਜੀ। ਮੈਂ ਜਦੋਂ ਨਿੱਕਾ ਹੁੰਦਾ ਸੀ ਉਦੋਂ ਤੋਂ ਹੀ ਮੈਨੂੰ ਉਹ ਵਧੀਆ ਲੱਗਦਾ ਸੀਗਾ ਗੈਰੀ ਸੰਧੂ, ਅੱਜ ਵੀ ਆਪਣਾ ਫੇਵਰੇਟ ਹੈ ਜੀ ਗੈਰੀ ਸੰਧੂ, ਮੈਨੂੰ ਬਹੁਤ ਵਧੀਆ ਲੱਗਦਾ ਗੈਰੀ ਸੰਧੂ ਜੀ। ਫਿਰ ਸੋਚਿਆ ਨਹੀਂ ਕਿ ਗੈਰੀ ਦੇ ਕੋਲ ਚੱਲਦੇ ਆ, ਗੈਰੀ ਬਾਂਹ ਫੜੂ ਆਪਣੀ? ਹਾਂਜੀ, ਨਹੀਂ ਫਿਰ ਇੱਥੇ ਨਹੀਂ ਨਾ, ਉਹ ਬਾਹਰ ਰਹਿੰਦੇ ਹੈਗੇ, ਇੱਥੇ ਇੰਡੀਆ 'ਚ ਨਹੀਂ ਗਏ, ਤਾਂ ਕਰਕੇ ਕਦੇ ਮੌਕਾ ਮਿਲਿਆ ਜ਼ਿੰਦਗੀ 'ਚ ਜ਼ਰੂਰ ਮਿਲਣਾ ਚਾਹਾਂਗੇ ਉਹਨਾਂ ਨੂੰ ਵੀ। ਪਰ ਤੁਸੀਂ ਫਿਰ ਆਪਦਾ ਇਹ ਗਾਉਣ ਵਾਲਾ ਕੀੜਾ ਕਿੱਥੋਂ ਕੱਢਦੇ ਹੋ? ਗਾਉਣ ਵਾਲਾ ਇਹ, ਲਿਖਣ ਵਾਲਾ ਇਹ, ਕਿਵੇਂ ਦਿਲ ਦੇ ਜਿਹੜੇ ਅਰਮਾਨ ਨੇ ਇਹ ਕਦੋਂ ਬਾਹਰ ਆਉਂਦੇ ਨੇ, ਫਿਰ ਕਿਵੇਂ ਬਾਹਰ ਆਉਂਦੇ ਨੇ? ਕਿਉਂਕਿ ਮੈਨੂੰ ਐ ਮੈਂ ਸੁਣਿਆ ਕਿ ਜਿਹੜੇ ਲਿਖਦੇ ਨੇ ਉਹ ਜੇ ਨਾ ਲਿਖਣ ਜਾਂ ਨਾ ਸੁਣਾਉਣ ਕਿਸੇ ਨੂੰ, ਉਹ ਨਾ ਫਿਰ ਅੰਦਰ ਅੰਦਰ ਘੁੱਟੀ ਜੇ ਜਾਂਦੇ ਆ, ਦੱਬੀ ਜੇ ਜਾਂਦੇ ਆ। ਹਾਂਜੀ, ਕਈ ਵਾਰੀ ਕੋਈ ਫਰੈਂਡ ਸਰਕਲ ਦੇ ਹੁੰਦੇ ਹੈਗੇ ਨਾਲ ਦੇ, ਉਹਨਾਂ ਨੂੰ ਸੁਣਾ ਲਈਦੇ ਆ, ਜਾਂ ਇਕੱਲੇ ਬੈਠੇ ਆਂਗੇ ਘਰੇ ਆਂਗੇ, ਉਸ ਟਾਈਮ ਜਿੰਨਾ ਕੁ ਗਾਉਣਾ ਆਉਂਦਾ ਗਾ ਥੋੜਾ ਬਹੁਤਾ ਉਨਾ ਕੁ ਗਾ ਲਈਦਾ ਗਾ, ਲਿਖ ਲੈਂਦੇ ਹੈਗੇ ਜਦੋਂ ਦਿਲ ਕਰਦਾ ਗਾ ਉਦੋਂ ਹੀ ਲਿਖ ਲੈਂਦੇ ਹੈਗੇ।
ਜਦੋਂ ਕੋਈ ਵੀ ਚੀਜ਼ ਕੋਈ ਆਈਡੀਆ ਮਿਲ ਗਿਆ ਜਾਂ ਕਿਤੇ ਖੜੇ ਆ ਜਾਂ ਕੁਛ ਵੀ ਆ, ਬਸ ਫੋਨ ਕੱਢਿਆ ਨਾਲ ਦੇ ਨਾਲ ਟਾਈਪਿੰਗ, ਫਿਰ ਉਸ ਟਾਈਮ ਗਾਣਾ ਲਿਖ ਲਈਦਾ। ਕਦੀ ਐਵੇਂ ਹੋਇਆ ਕਿ ਲਿਖਦਿਆਂ ਲਿਖਦਿਆਂ ਗਾਣਾ ਕਿਸੇ ਨੇ ਆ ਕੇ ਤੰਗ ਕੀਤਾ ਹੋਵੇ ਤੇ ਤੁਸੀਂ ਉਹਨੂੰ ਆਖਿਆ ਹੋਵੇ ਮੈਂ ਗਾਣਾ ਲਿਖ ਰਿਹਾ ਤੇ ਉਹਨੇ ਕਿਹਾ ਤੂੰ ਵੱਡਾ ਬੱਬੂ ਮਾਨ? ਹਾਂਜੀ, ਘਰ ਦੇ ਜ਼ਿਆਦਾਤਰ ਕਹਿੰਦੇ ਹੀ ਹੈਗੇ। ਕੋਈ ਇੱਕ ਅੱਧਾ ਕਿੱਸਾ ਤੇ ਸ਼ੇਅਰ ਕਰੋ ਸਾਡੇ ਦਰਸ਼ਕਾਂ ਨਾਲ। ਮੈਂ ਜ਼ਿਆਦਾਤਰ ਘਰੇ ਬੈਠਾ ਹੁੰਦਾ ਗਾ, ਘਰ ਦੇ ਮੈਂ ਅੰਦਰੋਂ ਮੇਰੀ ਆਦਤ ਆ ਗਈ ਕੁੰਡੀ ਲਾ ਕੇ ਲਿਖੀ ਜਾਂਦਾ ਹੁੰਦਾ ਗਾ, ਮੰਮਾ ਆ ਕੇ ਬਾਹਰ ਖੜਕਾਉਣ ਲੱਗ ਜਾਂਦੇ ਹੈਗੇ ਜ਼ੋਰ ਜ਼ੋਰ ਦੀ ਕਿ ਬਾਹਰ ਖੋਲ, ਮੈਂ ਖੋਲਦਾ ਨਹੀਂ ਹੁੰਦਾ ਗਾ ਤੇ ਉਹ ਕਈ ਵਾਰੀ ਬਾਹਰੋਂ ਜਾ ਕੇ ਉਹਦੀਆਂ ਕਮਰੇ ਦੀਆਂ ਲਾਈਟਾਂ ਸਾਰੀਆਂ ਆਫ ਕਰ ਦਿੰਦੇ ਆ ਮੇਨ ਸਵਿੱਚ ਤੋਂ। ਤੇ ਫਿਰ ਤੁਹਾਨੂੰ ਹੁਣ ਕੀ ਲੱਗਦਾ ਹੈ, ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਜਾਣ ਵਾਸਤੇ ਤੁਹਾਨੂੰ ਕੀ ਲੱਗਦਾ ਕੌਣ ਲੈ ਕੇ ਜਾਊਗਾ ਜਾਂ ਕਿਵੇਂ ਜਾਓਗੇ? ਰੱਬ ਹੱਥੀ ਆਈ ਡੋਰਾਂ ਤਾਂ ਵੈਸੇ ਤਾਂ, ਬਾਕੀ ਅੱਜ ਤੁਹਾਡੇ ਤੱਕ ਪਹੁੰਚਿਆ ਕੱਲ ਕਿਸੇ ਹੋਰ ਤੱਕ ਪਹੁੰਚਾਂਗੇ। ਬੰਦੇ ਨੂੰ ਕਿਤੇ ਵੀ ਪਹੁੰਚਣ ਲਈ ਕਿਤੋਂ ਨਿਕਲਣਾ ਜ਼ਰੂਰੀ ਹੈ ਕਹਿੰਦੇ ਹੁੰਦੇ ਹੈਗੇ, ਕਿਤੋਂ ਜੇ ਆਪਾਂ ਤੁਰਾਂਗੇ ਚੱਲਾਂਗੇ ਫਿਰ ਉੱਥੇ ਬੰਦਾ ਪਹੁੰਚ ਜਾਂਦਾ ਹੌਲੀ ਹੌਲੀ, ਹੱਥ ਪੱਲਾ ਮਾਰਦੇ ਰਹਿਣਾ ਚਾਹੀਦਾ ਬੰਦੇ ਨੂੰ, ਜ਼ਰੂਰ ਪਹੁੰਚਦਾ ਬੰਦਾ। ਹੁਣ ਤਾਂ ਇੰਟਰਨੈਟ ਦਾ ਜ਼ਮਾਨਾ ਹੈ, ਕਿਤੇ ਇੱਕ ਟਾਈਮ ਹੁੰਦਾ ਸੀ ਕੋਈ ਇੰਟਰਨੈਟ ਨਹੀਂ ਹੁੰਦੇ ਸੀ, ਪੈਲੀਆਂ ਵੇਚ ਕੇ ਕੈਸਟਾਂ ਕੱਢਣੀਆਂ ਪੈਂਦੀਆਂ ਹੁੰਦੀਆਂ ਸੀ, ਜ਼ਮੀਨਾਂ ਵੇਚਣੀਆਂ ਪੈਂਦੀਆਂ ਸੀ। ਅੱਜ ਤਾਂ ਫੋਨ ਆਪਣੇ ਕੋਲ, ਆਪਾਂ ਫੋਨ ਤੇ ਰਿਕਾਰਡਿੰਗ ਕਰਕੇ ਪਾ ਦਿੰਨੇ ਆ, ਉਹ ਵਾਇਰਲ ਹੋ ਜਾਂਦੀ ਹੁੰਦੀ ਹੈ ਚੀਜ਼, ਤੁਸੀਂ ਟਰਾਈ ਨਹੀਂ ਕਰਦੇ? ਥੋੜਾ ਬਹੁਤਾ ਟਰਾਈ ਕਰਿਆ ਸੀਗਾ, ਇਦੋਂ ਪਹਿਲਾਂ ਮੇਰਾ ਇੱਕ ਛੋਟਾ ਜਿਹਾ ਇੰਟਰਵਿਊ ਵੀ ਆਇਆ ਸੀਗਾ ਫੇਸਬੁੱਕ ਤੇ ਆਇਆ ਸੀਗਾ, ਤੇ ਮੈਂ ਉਹਨਾਂ ਦਾ ਨਾਮ ਭੁੱਲ ਗਿਆ, ਕੀ ਨਾਮ ਸੀ, ਨਾਮ ਨਹੀਂ ਯਾਦ ਉਹਨਾਂ ਦਾ, ਤੇ ਉਹਨਾਂ ਮੇਰਾ ਛੋਟਾ ਇੰਟਰਵਿਊ ਲੈ ਗਏ ਸੀ। ਮੈਂ ਸੰਗਦਾ ਸੀਗਾ ਉਹਨਾਂ ਦੇ ਆਨ ਕੈਮਰਾ, ਮੈਂ ਕਿਹਾ ਨਹੀਂ ਬਾਈ ਮੈਂ ਇੱਥੋਂ ਬੋਲਿਆ ਨਹੀਂ ਜਾਣਾ ਗਾ, ਹੈ ਨਾ, ਅੱਜ ਵੀ ਮੈਂ ਬਹੁਤ ਔਖਾ ਆਪਦੇ ਆਪ ਨੂੰ ਇੱਥੇ ਬਿਠਾ ਕੇ ਬੋਲ ਰਿਹਾ, ਬਹੁਤ ਔਖਾ ਹੈਗਾ ਮੇਰੇ ਲਈ ਇੱਦਾਂ ਬੋਲਣਾ। ਤੇ ਉਹਨਾਂ ਨੇ ਵਿਚਾਰੇ ਮੈਨੂੰ ਕਹਿੰਦੇ ਐਵੇਂ ਨਹੀਂ ਹੁੰਦਾ ਗਾ, ਤੂੰ ਲਿਖਦਾ ਗਾ ਇਹ ਚੀਜ਼ ਨਹੀਂ, ਅੰਦਰ ਹੀ ਘੁੱਟੀ ਰਹੂਗੀ, ਅੰਦਰ ਹੀ ਪਈ ਰਹੂਗੀ, ਕੋਈ ਵੀ ਚੀਜ਼ ਆ ਉਹਦਾ ਗੁਣ ਹੈ ਨਾ ਆਪਾਂ ਨੂੰ ਲੈਣਾ ਚਾਹੀਦਾ ਗਾ। ਬਿਲਕੁਲ। ਤੇ ਜਦੋਂ ਫਿਰ ਉੱਥੇ ਛੋਟਾ ਜਿਹਾ ਇੰਟਰਵਿਊ ਹੋਇਆ ਤੇ ਜਦੋਂ ਫੇਸਬੁੱਕ ਤੇ ਪਾਇਆ ਤੇ ਲੋਕਾਂ ਨੇ ਬਹੁਤ ਪਿਆਰ ਦਿੱਤਾ, ਉਹਨਾਂ ਨੇ ਮੇਰਾ ਵਿੱਚ ਨੰਬਰ ਬੁਲਵਾਇਆ ਸੀਗਾ, ਤੇ ਜਦੋਂ ਨੰਬਰ ਬੋਲਿਆ ਗਿਆ ਤੇ ਮੈਨੂੰ ਸ਼ਾਮ ਨੂੰ ਜਦੋਂ ਇੰਟਰਵਿਊ ਪਿਆ, ਥੋੜੇ ਇੱਕ ਦੋ ਦਿਨ ਬਾਅਦ ਹੀ ਪੈ ਗਿਆ, ਤੇ ਜਦੋਂ ਇੱਕ ਦੋ ਦਿਨ ਬਾਅਦ ਪਿਆ ਤੇ ਬਹੁਤ ਕਾਲਸ ਆਈਆਂ ਮੈਨੂੰ, ਤੇ ਫਿਰ ਉਦੋਂ ਬ੍ਰੇਕ ਨਹੀਂ ਮਿਲੀ ਉਹਨਾਂ ਨੂੰ ਕਾਲਸ ਆਈਆਂ ਤੇ ਲੋਕਾਂ ਨੇ ਬਸ ਤਾਰੀਫ ਕੀਤੀ, ਕਿਸੇ ਨੇ ਨਹੀਂ ਆਖਿਆ ਕਿ ਯਾਰ ਮੈਨੂੰ ਦੇ ਗਾਣਾ ਮੈਂ ਗਾਉਂ? ਨਹੀਂ, ਇਹ ਗੱਲ ਨਹੀਂ, ਉਹ ਚੀਜ਼ ਚਾਹੀਦੀ ਸੀ ਹੈ ਨਾ? ਹਾਂਜੀ ਬਿਲਕੁਲ। ਤੁਸੀਂ ਕਦੀ ਕਿਸੇ ਸਿੰਗਰ ਦੇ ਲਾਈਵ ਕਨਸਰਟ 'ਚ ਜਾ ਕੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ, ਕਦੇ ਨਹੀਂ। ਫਿਰ ਕਰਨੀ ਚਾਹੀਦੀ ਸੀ? ਹਾਂਜੀ, ਫਿਊਚਰ 'ਚ ਕਰਾਂਗੇ। ਵੈਸੇ ਤੁਹਾਡਾ ਡ੍ਰੀਮ ਕੀ ਹੈ ਕਿ ਤੁਹਾਡੇ ਲਿਖੇ ਹੋਏ ਗਾਣੇ ਕਿਹੜਾ ਸਿੰਗਰ ਗਾਵੇ? ਮਤਲਬ ਹੁਣ ਅਲੱਗ ਅਲੱਗ ਲਿਖੇ ਹੋਏ ਹੈਗੇ, ਅਲੱਗ ਅਲੱਗ ਕਲਾਕਾਰਾਂ ਦੇ ਉਹਨਾਂ ਦੇ ਨਿਰਧਾਰਤ ਆ ਗਏ, ਹੈ ਨਾ, ਜਿੱਦਾਂ ਉਹ ਉਦਾਂ ਹੀ ਗਾ ਸਕਦੇ ਹੈਗੇ। ਕੁਛ ਸੋਚ ਕੇ ਲਿਖਿਆ ਹੋਣਾ ਤੁਸੀਂ ਕਿ ਆਹ ਗਾਣਾ ਮੈਂ ਅਮਰਿੰਦਰ ਗਿੱਲ ਲਈ ਰੱਖਿਆ ਹੈ, ਆਹ ਗਾਣਾ ਮੈਂ ਨਿਮਰਤ ਖਹਿਰਾ ਲਈ ਰੱਖਿਆ ਹੈ, ਏਦਾਂ ਦਾ ਕੁਛ ਨਹੀਂ ਸੋਚਿਆ ਹੈ ਕਿ ਬਸ ਲਿਖਤੇ ਜਿਹੜਾ ਸਾਹਮਣੇ ਆਊਗਾ ਉਹਨੂੰ ਦੇ ਦੇਣੇ? ਹਾਂਜੀ, ਬਸ ਹਾਂ, ਮੈਂ ਇੱਕ ਚਮਕੀਲਾ ਟਾਈਪ ਹੁੰਦੇ ਹੈਗੇ, ਹੈ ਨਾ, ਉਦਾਂ ਮੈਂ ਆਪ ਆਪ ਗਾ ਲੈਂਦਾ, ਮੈਂ ਉਹ ਜ਼ਰੂਰ ਆਪ ਸੋਚਿਆ ਕਿ ਮੈਂ ਉਹ ਗਾ ਸਕਦਾ ਗਾ। ਸੁਣਾਓਗੇ ਤੁਸੀਂ? ਹਾਂਜੀ ਬਿਲਕੁਲ। ਮੈਂ ਤਾਂ ਸੀ ਚਾਇਆ ਇੱਕ ਨੂੰ, ਮੈਨੂੰ ਸੀ ਇੰਨੇ ਚਾਹੁੰਦੇ, ਕਰਦੇ ਸੀ ਖਿਆਲ ਮੇਰਾ, ਮੈਨੂੰ ਸੀ ਸੁਪਨੇ ਉਹਦੇ ਆਉਂਦੇ, ਨਿਬੇੜਾ ਤਾਂ ਸਭ ਦਾ ਹੋਣਾ, ਰੱਬਾ ਇਨਸਾਫ ਕਰੀ ਮੈਥੋਂ ਵੀ ਦਿਲ ਕੇ ਟੁੱਟੇ, ਰੱਬਾ ਵੇ ਮਾਫ ਕਰੀ ਮੈਥੋਂ ਵੀ ਦਿਲ ਕੇ ਟੁੱਟੇ, ਉਹ ਤਾਂ ਮੇਰੇ ਹੱਥ ਨਾ ਆਈ ਕੰਨੀ ਉਹ ਹੱਥ ਮੈਂ ਲਾਲੇ, ਇੰਨੇ ਸੀ ਦਿਲ ਮੈਨੂੰ ਤੱਕਦੇ ਉਹਨਾਂ ਨੂੰ ਕੌਣ ਸੰਭਾਲੇ, ਮੈਨੂੰ ਤਾਂ ਕੀਣੇ ਦੱਸਣਾ ਹੋਣੇ ਨਾ ਗੱਲ ਆਪ ਕਰੀ ਮੈਥੋਂ ਵੀ ਦਿਲ ਕੇ ਟੁੱਟੇ, ਰੱਬਾ ਵੇ ਮਾਫ ਕਰੀ ਮੈਥੋਂ ਵੀ ਦਿਲ ਕੇ ਟੁੱਟੇ। ਗਾਣਾ ਤਾਂ ਤੁਸੀਂ ਸੋਹਣਾ ਲਿਖਿਆ ਔਰ ਗਾਇਆ ਵੀ ਸੋਹਣਾ, ਫਿਰ ਤੁਹਾਨੂੰ ਐਨ ਲੱਗਿਆ ਕਿ ਲਾਈਵ ਕਨਸਰਟ ਵਾਲਾ ਗਾਣਾ ਕਿਸੇ ਅਖਾੜੇ 'ਚ ਜਾ ਕੇ ਗਾ ਲੈਣਾ? ਮੌਕਾ ਨਹੀਂ ਮਿਲਿਆ ਕਦੇ ਵੀ। ਕਾਲਜ 'ਚ ਨਹੀਂ ਗਏ ਤੁਸੀਂ? ਕਾਲਜ 'ਚ ਗਏ ਬਰਜਿੰਦਰਾ ਕਾਲਜ ਫਰੀਦਕੋਟ ਪੜ੍ਹਦਾ ਸੀਗਾ ਮੈਂ,
ਉੱਥੇ ਉਹਦੇ ਯੂਥ ਫੈਸਟੀਵਲ ਹੁੰਦੇ ਨੇ, ਯੂਥ ਫੈਸਟੀਵਲਾਂ 'ਚ ਮੁੰਡੇ ਗਾਉਂਦੇ ਵੀ ਹੁੰਦੇ ਨੇ, ਉੱਥੋਂ ਫਿਰ ਕਈ ਆਰਟਿਸਟ ਨਿਕਲ ਜਾਂਦੇ ਹੁੰਦੇ ਨੇ ਅੱਗੇ। ਨਹੀਂ ਉਦੋਂ ਇੰਨੀ ਜਾਣਕਾਰੀ ਨਹੀਂ ਸੀਗੀ ਆਪਾਂ ਨੂੰ, ਨੌਲੇਜ ਨਹੀਂ ਸੀਗੀ ਅਬਾਊਟ ਕਾਲਜ ਦੇ ਫੰਕਸ਼ਨ ਬਾਰੇ। ਇੱਕ NCC ਰੱਖੀ ਸੀਗੀ, ਇੱਕ ਫਿਜ਼ੀਕਲ ਹੁੰਦਾ ਸੀਗਾ, ਫਿਰ ਉੱਧਰ ਉਲਝੇ ਰਹਿੰਦੇ ਸੀਗੇ ਤਾਂ ਕਰਕੇ ਉੱਧਰ ਮੌਕਾ ਨਹੀਂ ਮਿਲਿਆ ਗਾ। ਕੁਛ ਐ ਹੁੰਦਾ ਸੀ, ਤੁਸੀਂ ਦੱਸ ਰਹੇ ਸੀ ਕਿ ਕਮਾਈ ਕਰਕੇ ਤੁਹਾਨੂੰ ਹੋ ਗਿਆ। ਹਾਂਜੀ, ਫਿਰ ਇਦਾਂ ਵੀ ਹੋ ਜਾਂਦਾ ਨਾ, ਫਿਰ ਸਕੂਲੋਂ ਆਉਣਾ ਜਾਂ ਕਾਲਜ ਤੋਂ ਆਉਣਾ, ਫਿਰ ਆ ਕੇ ਵਰਕਸ਼ਾਪ ਤੇ ਕੰਮ ਕਰਨਾ ਗਾ, ਫਿਰ ਉਦਾਂ ਰੁਝਾਨ ਬਣ ਜਾਂਦਾ ਜ਼ਿੰਦਗੀ ਦਾ। ਕਦੇ ਇਦਾਂ ਹੋਇਆ ਕਿ ਵਰਕਸ਼ਾਪ ਤੇ ਕੰਮ ਕਰਦਿਆਂ ਕਰਦਿਆਂ ਤੁਹਾਨੂੰ ਕੋਈ ਗਾਣਾ ਚੇਤੇ ਆ ਗਿਆ, ਤੁਸੀਂ ਗਾਉਣਾ ਸ਼ੁਰੂ ਕਰਦੇ ਤੇ ਫਿਰ ਮਾਲਕ ਨੇ ਆਖਿਆ ਉਹ ਚੁੱਪ ਕਰ ਜਾ ਚੁੱਪ ਕਰ ਜਾ ਬਖਸ਼ ਦੇ? ਨਹੀਂ ਨਹੀਂ ਜੀ, ਆਪਣੀ ਆਪਣੀ ਵਰਕਸ਼ਾਪ ਆ ਗਈ ਖੁਦ ਦੀ। ਅੱਛਾ, ਤੁਹਾਡੀ ਆਪਣੀ? ਹਾਂਜੀ ਹਾਂਜੀ। ਫਿਰ ਬਾਕੀਆਂ ਨੂੰ ਐਂਟਰਟੇਨ ਕਰਕੇ ਰੱਖਦੇ ਜਿਹੜੇ ਤੇ ਕੰਮ ਕਰਦੇ ਨੇ? ਇੱਕ ਦੋ ਜਣੇ ਹੁੰਦੇ ਆਗੇ ਨਾਲ, ਜਾਂ ਮੇਰਾ ਛੋਟਾ ਭਰਾ ਹੁੰਦਾ, ਜਾਂ ਮੇਰੀ ਮਾਸੀ ਦੇ ਸ਼ੋਹਰ ਹੁੰਦੇ ਆਗੇ, ਜਾਂ ਇੱਕ ਦੋ ਮੁੰਡੇ ਹੋਰ ਆ, ਜਾਂ ਕਦੇ ਕਦੇ ਇੱਕ ਇੱਕ ਅੱਧਾ ਜਣਾ ਹੁੰਦਾ ਹੈਗਾ ਪੱਕਾ, ਨਾਲ ਦੋ ਜਣੇ ਕਰਦੇ ਹੁੰਦੇ ਕੰਮ। ਜਦੋਂ ਤੁਸੀਂ ਕਦੀ ਫਰੈਂਡ ਸਰਕਲ 'ਚ ਗਾਣੇ ਗਾਉਂਦੇ ਹੋ, ਜਾਂ ਉਹ ਤੁਹਾਨੂੰ ਉਤਸ਼ਾਹਿਤ ਕਰਦੇ ਨੇ ਗਾਣਾ ਗਾਉਣ ਵਾਸਤੇ, ਜਾਂ ਕਹਿ ਦਿੰਦੇ ਨੇ ਉਹ ਜਗਦੀਪ ਤੂੰ ਰਹਿਣ ਦੇ? ਨਹੀਂ, ਜਿਹੜੀਆਂ ਚੰਗੀਆਂ ਚੀਜ਼ਾਂ ਉਹਨੂੰ ਚੰਗਾ ਹੀ ਕਹਿੰਦੇ ਹੈਗੇ, ਜਿਹੜੀ ਗਲਤ ਚੀਜ਼ ਉਹ ਗਲਤ ਕਹਿੰਦੇ ਹੈਗੇ, ਹੈ ਨਾ। ਜਿੱਦਾਂ ਮਤਲਬ ਕੋਈ ਵੀ ਚੀਜ਼ ਆ, ਕੋਈ ਗਾਣਾ ਰੱਖ ਲਓ, ਕੋਈ ਸ਼ਾਇਰੀ ਰੱਖ ਲਓ, ਕੋਈ ਵੀ ਬੋਲ ਰੱਖ ਲਓ, ਜੋ ਗਲਤ ਹੁੰਦੇ ਉਹ ਐਬਸੋਲੂਟਲੀ ਗਲਤ ਕਹਿਣਗੇ ਉਹਨਾਂ ਨੂੰ। ਤੁਸੀਂ ਕਿਸ ਤਰ੍ਹਾਂ ਦੇ ਗਾਣੇ ਮੇਨਲੀ ਲਿਖਦੇ ਹੋ? ਕਿਉਂਕਿ ਅੱਜ ਕੱਲ੍ਹ ਨਾ ਹਥਿਆਰਾਂ ਹਥਿਓਰਾਂ ਵਾਲੇ ਗਾਣੇ ਬਹੁਤ ਚੱਲਦੇ ਨੇ, ਜਾਂ ਜਿਹਨੂੰ ਲੱਚੜ ਗਾਇਕੀ ਆਪਾਂ ਕਹਿ ਦਿੰਦੇ ਆ, ਉਹ ਬਹੁਤ ਚੱਲਦੀ ਹੈ। ਤੁਹਾਨੂੰ ਲੱਗਦਾ ਕਿ ਜੇ ਤੁਸੀਂ ਲੱਚੜ ਗਾਇਕੀ ਕਰਦੇ ਹੋ ਤਾਂ ਹੀ ਤੁਸੀਂ ਚੱਲੋਗੇ, ਜੋ ਤੁਸੀਂ ਵਧੀਆ ਗਾਣੇ ਵੀ ਕਈ ਹੁੰਦੇ ਨੇ, ਵਧੀਆ ਗਾਣੇ ਨਹੀਂ ਚੱਲਦੇ? ਨਹੀਂ, ਅੱਜ ਕੱਲ ਦਾ ਸਮਾਂ ਹੀ ਇਹੋ ਜਿਹਾ ਗਾ, ਚੱਲਦੇ ਹੀ ਉਹੋ ਜਿਹੇ ਹੈਗੇ ਗਾਣੇ। ਆ ਵਧੀਆ ਭਾਈਚਾਰਕ ਵਾਲੇ ਗਾਣੇ ਤਾਂ ਚੱਲਦੇ ਹੀ ਨਹੀਂ ਅੱਜ ਕੱਲ, ਉਹ ਉਦਾਂ ਦੇ ਹੀ ਚੱਲਦੇ ਹੈਗੇ, ਜੇ ਕਿਸੇ ਨੂੰ ਸੁਣਾਓ ਵੀ ਤੇ ਇਦਾਂ ਪੁੱਠਾ ਸਿਰ ਮਾਰ ਦਿੰਦੇ ਅਗਲਾ। ਨਹੀਂ, ਪਰ ਸਰਤਾਜ ਬਹੁਤ ਸੋਹਣੇ ਗਾਣੇ ਗਾਉਂਦਾ ਹੈ, ਸਰਤਾਜ ਦੇ ਗਾਣੇ ਚੱਲਦੇ ਵੀ ਨੇ, ਹੈ ਨਾ। ਉਹਦੇ ਗਾਣਿਆਂ 'ਚ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਅਸ਼ਲੀਲਤਾ ਜਾਂ ਲੱਚਰਤਾ ਨਹੀਂ ਦੇਖਣ ਨੂੰ ਮਿਲਦੀ। ਅਮਰਿੰਦਰ ਗਿੱਲ ਦੇ ਗਾਣੇ ਬਹੁਤ ਪਸੰਦ ਹੁੰਦੇ ਲੋਕਾਂ ਨੂੰ। ਮੈਮ ਉਹ ਵੱਡੇ ਲੈਵਲ ਦੇ ਬੰਦੇ ਹੈਗੇ, ਉਹਨਾਂ ਦਾ ਤਾਂ ਆਪਣਾ ਬਹੁਤ ਫਰਕ ਹੈਗਾ। ਉਹਨਾਂ ਨੂੰ ਦੇਖੀਏ ਤਾਂ ਕਿੱਥੇ ਗੱਲਾਂ ਜਾਂਦੀਆਂ ਹੈਗੀਆਂ, ਆਪਾਂ ਨੂੰ ਦੇਖੀਏ, ਆਪਾਂ ਹਜੇ ਤਾਂ ਪੈਰ ਵੀ ਨਹੀਂ ਰੱਖਿਆ ਹੈਗਾ, ਉਹ ਉਨੀ ਜਗ੍ਹਾ ਮੱਲੀ ਬੈਠੇ ਹੈਗੇ ਗਾਣਿਆਂ 'ਚ ਜਾਂ ਹੈ ਨਾ ਇਸ ਫੀਲਡ 'ਚ, ਉਹ ਚੀਜ਼ ਫਰਕ ਪੈਂਦਾ ਹੈਗਾ ਉਹ ਚੀਜ਼ ਨਾਲ। ਫਿਰ ਮਤਲਬ ਕਿ ਜੇ ਕਿਸੇ ਨਵੇਂ ਆਰਟਿਸਟ ਨੇ ਪੈਰ ਪਸਾਰਨਾ ਤਾਂ ਉਹਨੂੰ ਕੋਈ ਇਹੋ ਜਿਹਾ ਗੱਡਮ ਜਾਂ ਧਾਕੜ ਜਿਹਾ ਗਾਣਾ ਕੱਢ ਕੇ ਲਿਆਉਣਾ ਪੈਣਾ ਕਿ ਪਹਿਲਾ ਗਾਣਾ ਆਵੇ ਤੇ ਠਾ। ਹਾਂਜੀ, ਮੈਂ ਨਾ 6ਵੀਂ ਕਲਾਸ 'ਚ ਸੀਗਾ ਤੇ ਉਦੋਂ ਇੱਕ ਛੋਟੀ ਜਿਹੀ ਗੱਲ ਹੋਈ ਸੀ। ਉਦੋਂ ਇੱਕ ਨਾ ਮੈਂ ਗਾਣਾ ਲਿਖਿਆ ਸੀਗਾ, ਪਹਿਲੀ ਵਾਰੀ ਗਾਉਂਡਰਾਂ 'ਤੇ ਲਿਖਿਆ ਸੀ, ਮਤਲਬ ਇੱਦਾਂ ਹੀ, ਵਾਹਿਗੁਰੂ ਬਾਬਾ ਗਲਤੀ ਫਲਤੀ ਮਾਫ਼ ਕਰੀ। ਪਿੱਛੇ ਪੁਲਿਸ ਅੱਗੇ ਤੇਰਾ ਯਾਰ ਸੋਹਣੀ ਹੈ, ਪਿੰਡ ਵਾਲੇ ਕਾਕੇ ਹੋ ਗਏ ਨੇ ਫਰਾਰ ਸੋਹਣੀ ਹੈ, ਤੂੰ ਕਰ ਗਈ ਹੈ ਧੋਖਾ, ਮੈਨੂੰ ਪਤਾ ਨਹੀਂ ਸੇਵ ਵੀ ਆਊ ਟਾਈਮ ਨਹੀਂ, ਲੈ ਤੇਰੇ ਵੀ ਸਭ ਕੱਢ ਦੇਵਾਂ ਵਹਿਮ ਨਹੀਂ, ਕਿੰਨੇ ਬੋਲਦੇ ਆ ਕੇਸ ਛੱਡ ਰੱਖੀ ਬੇਸ ਤੇ ਉੱਡੀ ਜਾਵੇ ਕਾਰ ਸੋਹਣੀ ਹੈ, ਪਿੱਛੇ ਪੁਲਿਸ ਅੱਗੇ ਤੇਰਾ ਯਾਰ ਸੋਹਣੀ ਹੈ, ਪਿੰਡ ਵਾਲੇ ਕਾਕੇ ਹੋ ਗਏ ਨੇ ਫਰਾਰ ਸੋਹਣੀ। ਇਹ ਗਾਣਾ ਤੁਸੀਂ 6ਵੀਂ 'ਚ ਲਿਖਿਆ? ਹਾਂਜੀ। ਤੇ ਕਿਸੇ ਨੇ ਤੁਸੀਂ ਸੁਣਾਇਆ ਨਹੀਂ? ਨਹੀਂ, ਉਦੋਂ ਛੋਟੇ ਸੀ, ਜਿੰਨੇ ਕ ਆਪਦੇ ਫਰੈਂਡ ਸਰਕਲ 'ਚ ਸੀਗੇ ਨਾਲ ਦੇ ਹੁੰਦੇ ਹੈਗੇ, ਉਹਨਾਂ ਨੂੰ ਸੁਣਾਇਆ ਗਾ ਤੇ ਉਹਨਾਂ ਨੇ ਕਿਹਾ ਨਹੀਂ ਤੂੰ ਵੱਡਾ ਲਾਰੈਂਸ ਬਣਿਆ ਫਿਰਦਾ? ਨਹੀਂ, ਇਦਾਂ ਨਹੀਂ ਕਿਹਾਗਾ, ਮਤਲਬ ਇਦਾਂ ਕਹਿੰਦੀ ਹਾਂ ਹਾਂ ਚੱਲੂ ਸਿਰਾ ਹੋ ਜਾਣਾ, ਬਸ ਆਪਾਂ ਚੜ੍ਹਾਈ ਹੋ ਜਾਣੀ ਹੈ। ਯਾਰਾਂ ਦੋਸਤਾਂ ਨੇ ਫੂਕ ਦਿੱਤੀ? ਹਾਂ, ਬਸ ਹੁੰਦੇ ਹੈਗੇ ਕੁਝ ਕੁ, ਕੁਝ ਸਮਝਾਉਣ ਵਾਲੇ ਵੀ ਹੁੰਦੇ ਹੈਗੇ, ਕੁਝ ਪੰਪ ਦੇਣ ਵਾਲੇ ਵੀ ਹੁੰਦੇ, ਵੈਸੇ ਤਾਂ ਜ਼ਿਆਦਾਤਰ ਤਾਂ ਪੰਪ ਦੇਣ ਵਾਲੇ ਜ਼ਿਆਦਾ ਹੁੰਦੇ ਹੈਗੇ। ਤੁਸੀਂ ਪੰਪਾ ਚ ਆਏ ਹੋਏ ਹੋ ਇਹ ਕਹਿੰਦੇ ਹੋ? ਅੱਛਾ, ਤੁਹਾਡੇ ਦੋਸਤ ਜਿੰਨੇ ਵੀ ਦੋਸਤ ਨੇ, ਉਹਨਾਂ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਵੀ ਯਾਰ ਜਗਦੀਪ ਬਹੁਤ ਸੋਹਣਾ ਲਿਖਦਾ ਹੈ, ਆਪਾਂ ਅਪਰੋਚ ਕਰਦੇ ਆਪਾਂ ਚੱਲ ਆ ਜਾ ਕਿਸੇ ਕੋਲ ਚੱਲਦੇ ਆ ਆਪਾਂ? ਹਾਂਜੀ, ਸਾਡੇ ਪਿੰਡ ਜਗਰਾਤਾ ਹੋਇਆ ਸੀਗਾ, ਜਗਰਾਤੇ ਵੇਲੇ ਮੈਨੂੰ ਕਹਿੰਦੇ ਗਾ ਤੂੰ, ਹੈ ਨਾ, ਤੇ ਉਹਦਾ ਸ਼ੁਕਰ ਆ ਹੈ ਨਾ ਪ੍ਰਧਾਨ ਦਾ ਜਿਹਨੇ ਗਾਉਣ ਨਹੀਂ ਦਿੱਤਾ ਗਾ, ਉਹ ਕਾਫੀ ਜਾਣਿਆਂ ਨੇ ਮੈਨੂੰ ਕਹਿੰਦੇ
ਮੈਨੂੰ ਕਹਿੰਦੇ ਕੁਛ ਗਾਈ ਬਸ, ਕਹਿੰਦੇ ਉੱਥੋਂ ਹੀ ਸ਼ੁਰੂਆਤ ਹੋਊਗੀ। ਹੁਣ ਆਪਾਂ ਚਲੋ ਕਿਸੇ ਧਰਮ ਨੂੰ ਕੁਛ ਕਹਿ ਨਹੀਂ ਸਕਦੇ ਹਨਾ, ਸਭ ਦੀ ਇੱਜ਼ਤ ਕਰਨੀ ਚਾਹੀਦੀ ਹੈਗੀ, ਸਭ ਸੇਮ ਆਗੇ। ਪਰ ਉੱਥੇ ਮੈਂ ਬਹੁਤ ਔਖੇ ਸੌਖੇ ਨੇ ਲਿਖਿਆ ਸੀਗਾ, ਇੱਕ ਨਾ ਭੇਟ ਲਿਖੀ ਸੀ, ਮੈਂ ਤੁਹਾਨੂੰ ਸੁਣਾਉਣਾ ਖੜ ਜਾਓ ਇੱਕ ਮਿੰਟ, ਕਿ ਸੁਣ ਪਹਾੜਾਂ ਦੀ ਰਾਣੀ ਮੇਰੀ ਬਦਲ ਸਾਰੀ ਕਹਾਣੀ, ਤੇਰੇ ਦਰ ਖੁਸ਼ੀ ਨਾ ਆਵਾਂ ਭਾ ਮੇਰੇ ਤੇ ਪਰਛਾਵਾਂ, ਕੋਈ ਨਾ ਸ਼ੱਕ ਮਾਈ ਸੱਚੀ ਨੀਤ ਨਾ ਜੁੱਤ ਜਗਾਵਾਂ ਹੋ ਪ੍ਰਤੱਖ ਮਾਈ। ਉਸ ਟਾਈਮ ਲਿਖਣਾ ਪਿਆ ਸੀ ਮੈਨੂੰ ਖੜੇ ਪੈਰ ਪੈਰ। ਨਹੀਂ ਬਹੁਤ ਸੋਹਣਾ ਵੀ ਲਿਖਿਆ ਤੁਸੀਂ, ਤੇ ਜੇ ਤੁਸੀਂ ਗਾ ਵੀ ਦਿੰਦੇ ਤਾਂ ਮੈਨੂੰ ਲੱਗਦਾ ਉੱਥੇ ਸ਼ਰਧਾਲੂਆਂ ਨੇ ਖੁਸ਼ ਹੋ ਜਾਣਾ ਸੀ। ਵੈਸੇ ਪ੍ਰਧਾਨ ਨੇ ਗਾਉਣ ਕਿਉਂ ਨਹੀਂ ਦਿੱਤਾ? ਬਸ ਉਹਨਾਂ ਦੀ ਮਰਜ਼ੀ ਹੈ ਨਾ, ਜਿੱਦਾਂ ਉਹਨਾਂ ਦੇ ਅਕੋਰਡਿੰਗ ਟਾਈਮ ਟੇਬਲ ਹੁੰਦਾ, ਉਹਨਾਂ ਦੇ ਆਪਦੇ ਕੋਈ ਸੱਦੇ ਹੁੰਦੇ ਪਰਸਨਲ। ਉਸ ਤੋਂ ਬਾਅਦ ਨਹੀਂ ਫਿਰ ਕਦੀ ਕਿਸੇ ਦੋਸਤ ਨੇ ਕਿਹਾ ਆ ਜਾ ਇਸ ਜਗਰਾਤੇ ਤੇ ਤਾਂ ਪੱਕਾ ਗਾਉਣ ਦੇਵਾਂਗੇ? ਨਹੀਂ ਨਹੀਂ, ਅਖਾੜੇ ਜਿਹੜੇ ਹੁੰਦੇ ਨੇ ਨਾ, ਲਾਈਵ ਅਖਾੜੇ ਹੁੰਦੇ ਨੇ, ਜਿੱਦਾਂ ਆਪਾਂ ਹਨਾ ਵੇਖਦੇ ਹੁੰਦੇ ਆ ਟੀਵੀਆਂ ਦੇ ਉੱਤੇ, ਅਖਾੜੇ ਚੱਲਦੇ ਹੁੰਦੇ ਆ ਪਿੰਡਾਂ 'ਚ, ਤਾਂ ਆਮ ਤੌਰ 'ਤੇ ਜਦੋਂ ਮੇਲੇ ਲੱਗਦੇ ਆ ਹਨਾ, ਪੀਰਾਂ ਦੇ ਮੇਲੇ ਲੱਗਦੇ ਆ ਜਾਂ ਮਾਤਾ ਦੇ ਮੇਲੇ ਲੱਗਦੇ ਆ, ਉਦੋਂ ਤਾਂ ਅਖਾੜੇ ਹੁੰਦੇ ਹੁੰਦੇ ਆ। ਉਦੋਂ ਨੀ ਕਦੇ ਤੁਸੀਂ ਮੌਕਾ ਭਾਲਿਆ ਵੀ ਇਸ ਅਖਾੜੇ ਤੇ ਗਾਉਂਦੇ? ਕਿਉਂਕਿ ਚਮਕੀਲੇ ਹੋਰਾਂ ਨੇ ਅਖਾੜਿਆਂ ਤੇ ਹੀ ਗਾਉਂਦੇ ਹੁੰਦੇ ਸੀ, ਅਖਾੜਿਆਂ ਤੋਂ ਫੇਮਸ ਹੋਏ, ਫਿਰ ਟੇਪਾਂ ਕੱਢੀਆਂ, ਆ ਹੁਣ ਵੀਡੀਓ ਵੂਡੀਓ ਤਾਂ ਹੁਣ ਚੱਲਣ ਲੱਗੀਆਂ ਨੇ। ਹਾਂਜੀ, ਸਾਡੇ ਉਧਰ ਪਿੰਡਾਂ ਦੇ ਨੇੜੇ ਬਸ ਇੱਕ ਹੀ ਦਰਗਾਹ ਮੈਨੂੰ ਲੱਗਦਾ ਉੱਥੇ ਨਾਲ ਦੇ ਪਿੰਡਾਂ 'ਚ ਹੀ ਹੈਗੀ, ਇੱਕ ਇੱਕ ਦਰਗਾਹ ਹੀ ਆ ਬਸ, ਉੱਥੇ ਹੀ ਲੱਗਦਾ ਹੁੰਦਾ ਗਾ, ਉਹ ਕਵਾਲੀਆਂ ਕਵੂਲੀਆਂ ਹੁੰਦੀਆਂ ਹੈਗਾ ਤੇ ਹੋਰ ਤਾਂ ਨਹੀਂ। ਉੱਥੋਂ ਦਾ ਵੀ ਮੁੰਡਾ ਮੈਨੂੰ ਇੱਕ ਟੱਕਰਿਆ ਸੀਗਾ, ਉਹ ਸਾਡੇ ਗਵਾਂਢੀਆਂ ਦੇ ਸੀ, ਪ੍ਰੋਗਰਾਮ ਸੀਗਾ ਕੁੜੀ ਦਾ ਵਿਆਹ ਸੀ, ਤੇ ਉੱਥੇ ਉਹ ਇਹਦੇ ਨਾਲ ਆਏ ਸੀ ਬੋਲੀਆਂ ਪਾਉਣ ਵਾਲੇ ਆਉਂਦੇ ਹੁੰਦੇ ਨਾਲ, ਤੇ ਉਹਨਾਂ ਨੂੰ ਮੈਂ ਘਰੇ ਲਿਜਾ ਕੇ ਬਿਠਾ ਲਿਆ, ਮੈਂ ਕਿਹਾ ਇਹਨਾਂ ਕੋਲੇ ਢੋਲਕੀਆਂ ਛੈਣੀਆਂ, ਮੈਨੂੰ ਤਾਂ ਆਪਦੇ ਗਾਣੇ ਗਵਾਊਂਗਾ। ਤੇ ਉਹ ਜਦੋਂ ਪਹਿਲੀ ਵਾਰੀ ਉਹ ਮੁੰਡਾ ਸੀ ਮੈਨੂੰ ਨਾ ਨੀ ਲੰਗਿਆਣਾ, ਲੰਗਿਆਣਾ ਹੀ ਆ ਉਹ ਬਾਬੇ ਦੀ ਦਰਗਾਹ ਵੀ, ਲੰਗਿਆਣੇ ਉੱਥੇ ਕਵਾਲੀਆਂ ਹੁੰਦੀਆਂ ਗਾ ਰਾਤ ਨੂੰ, ਕਈ ਵਾਰ ਪ੍ਰੋਗਰਾਮ ਵੀਰਵਾਰ ਨੂੰ ਹੁੰਦਾ ਹੁੰਦਾ ਸੱਚ, ਤੇ ਉਹ ਕਵਾਲੀਆਂ ਉੱਥੇ ਗਾਉਂਦੇ। ਉਹ ਮੁੰਡੇ ਨੇ ਬਹੁਤ ਸੋਹਣਾ ਗਾਣਾ ਗਾਇਆ ਸੀਗਾ, ਮੈਨੂੰ ਅੱਜ ਵੀ ਯਾਦ ਆ, ਤੇ ਮੈਨੂੰ ਬਹੁਤ ਸੋਹਣਾ ਲੱਗਾ, ਮੈਨੂੰ ਲੱਗਾ ਹਨਾ ਮੇਰਾ ਗਾਣਾ ਗਾਈ ਜਾਂਦਾ ਕਿੰਨੀ ਸੋਹਣੀ ਗੱਲ ਆ ਗਈ, ਤੇ ਆਪ ਨੂੰ ਬਹੁਤ ਖੁਸ਼ੀ ਹੋਈ ਸੀਗੀ ਕਿ ਉਹਨੇ ਆਹ ਗਾਣਾ ਗਾਇਆ ਸੀ। ਮੁਹੱਬਤਾਂ ਦਾ ਦੌਰ ਸੀ ਉਦੋਂ, ਸ਼ਦਾਈ ਕੋਈ ਭੌਰ ਸੀ ਉਦੋਂ, ਫੁੱਲ ਖਿਲਦੇ ਝੜਦੇ ਰਹਿੰਦੇ, ਆਸ਼ਿਕ ਤਾਂ ਲੜਦੇ ਰਹਿੰਦੇ, ਤੂੰ ਉਮਰਾਂ ਲਈ ਕਿਉਂ ਰੁਸ ਬਹਿਨਾ ਵੇ, ਰੁੱਤਾਂ ਹੁਣ ਵਾਪਸ ਆਈਆਂ, ਖੋਰੇ ਤੂੰ ਕਿੱਥੇ ਰਹਿਣਾ ਵੇ, ਰੁੱਤਾਂ ਹੁਣ ਵਾਪਸ ਆਈਆਂ। ਖੂਬਸੂਰਤ ਹੈ ਗਾਣਾ ਇਹ, ਉਹਨਾਂ ਨੇ ਗਾਇਆ ਤੇ ਤੁਹਾਨੂੰ? ਹਾਂਜੀ। ਫਿਰ ਉਹਨਾਂ ਨੇ ਦੱਸਿਆ ਵੀ ਕਿ ਜਗਦੀਪ ਨੇ ਲਿਖਿਆ? ਨਹੀਂ, ਮਤਲਬ ਉਹ ਸਾਡੀ ਘਰੇ ਬੈਠੇ ਸੀ, ਉਦਾਂ ਹੀ ਵੀਡੀਓ ਬਣਾਈ ਸੀਗੀ ਤੇ ਮੈਂ ਸਾਂਭੀ ਬੈਠਾਂਗਾ ਫੋਨ 'ਚ, ਤੇ ਮੈਂ ਕਈ ਵਾਰੀ ਦੇਖਦਾ ਹੁੰਦਾ, ਫਿਰ ਆਪ ਨੂੰ ਸੰਤੁਸ਼ਟੀ ਹੋ ਜਾਂਦੀ ਮਨ ਨੂੰ ਕਿ ਆਪਣਾ ਹੈਗਾ ਗਾਉਂਦਾ ਕਿਸੇ ਨੇ ਹਨਾ। ਅੱਛਾ, ਜਦੋਂ ਤੁਸੀਂ ਉਹਨਾਂ ਨੂੰ ਘਰੇ ਲੈ ਕੇ ਗਏ ਫਿਰ ਉਦੋਂ ਮਾਤਾ ਨੇ ਕੁਛ ਨਹੀਂ ਆਖਿਆ ਵੀ ਤੂੰ ਲੈ ਜੁੜ? ਨਹੀਂ, ਉਹ ਗਵਾਂਢੀਆਂ ਦੇ ਵਿਆਹ ਸੀ, ਸਾਰੇ ਘਰ ਦੇ ਉੱਥੇ ਸੀਗੇ। ਅੱਛਾ, ਪਿੱਛੋਂ ਮਤਲਬ ਕਿ ਮੌਕਾ ਸਾਂਭ ਲਿਆ? ਹਾਂਜੀ, ਉਹ ਬਾਹਰ ਹੀ ਬੈਠੇ ਸੀ ਵਿਚਾਰੇ, ਤੇ ਆਪਣੀ ਵਰਕਸ਼ਾਪ ਆ ਗਈ, ਘਰੇ ਹੀ ਵਰਕਸ਼ਾਪ ਆ ਤੇ ਨਾਲ ਹੀ ਬਾਹਰ ਹੈਗਾ, ਤੇ ਉਹ ਗਵਾਂਢੀਆਂ ਦੇ ਇੱਕ ਘਰ ਛੱਡ ਕੇ ਹੀ ਵਿਆਹ ਸੀਗਾ, ਤੇ ਜਦੋਂ ਉਹਨਾਂ ਦੇ ਉਧਰ ਵਿਚਾਰੇ ਬਾਹਰ ਫਿਰਦੇ ਸੀ, ਮੈਂ ਕਿਹਾ ਬਈ ਆ ਜਾਓ ਸਾਡੇ ਘਰੇ ਲੈ ਕੇ ਚੱਲ ਦਾਂਗਾ ਮੈਂ ਤੁਹਾਨੂੰ, ਉੱਥੇ ਬਿਠਾ ਕੇ ਮੈਨੂੰ ਪਾਣੀ ਪੂਣੀ ਠੰਡਾ ਠੁੰਡਾ ਪਿਆਇਆ, ਮੈਂ ਕਿਹਾ ਬਈ ਬੈਠੋ, ਤੇ ਫਿਰ ਉਹਨਾਂ ਨੇ ਵਿਚਾਰੇ ਨੇ ਮੈਨੂੰ ਸਾਰਾ ਕੁਛ ਸੁਣਾਇਆ, ਆਪਦੀਆਂ ਬੋਲੀਆਂ ਬੋਲੀਆਂ, ਫਿਰ ਮੈਂ ਉਹਨਾਂ ਨੂੰ ਦੱਸਿਆ ਬਈ ਮੈਂ ਲਿਖਦਾ ਐਂ ਕਰਕੇ। ਠੀਕ ਹੈ, ਮਤਲਬ ਕਈ ਵਾਰ ਇਦਾਂ ਦਾ ਮਿਲ ਜਾਂਦਾ ਕੋਈ ਜੋ ਤੁਹਾਡੇ ਗੁਣ ਦੀ ਇੱਜ਼ਤ ਕਰਦਾ, ਕਦਰ ਕਰਦਾ ਹਨਾ? ਹਾਂਜੀ ਹਾਂਜੀ ਹਾਂਜੀ, ਪਰ ਜਦ ਤੱਕ ਨਹੀਂ ਲੱਗਦਾ ਕਿ ਕਦਰ ਘੱਟ ਹੁੰਦੀ ਹੈ ਤੇ ਅਣਗੌਲਿਆ ਜ਼ਿਆਦਾ ਕਰ ਦਿੱਤਾ ਜਾਂਦਾ ਟੈਲੈਂਟ ਨੂੰ, ਮਤਲਬ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਵਿੱਚ ਟੈਲੈਂਟ ਇਸ ਕਰਕੇ ਦੱਬਿਆ ਰਹਿ ਜਾਂਦਾ ਹੈ ਕਿਉਂਕਿ ਜਿਹੜੇ ਬਹੁਤ ਪੈਸੇ ਵਾਲੇ ਹੁੰਦੇ ਨੇ ਉਹ ਅੱਗੇ ਚਲ ਜਾਂਦੇ ਨੇ ਹਨਾ, ਟੈਲੈਂਟ ਉਹਨਾਂ 'ਚ ਹੁੰਦਾ ਨਹੀਂ, ਮਿਕਸਿੰਗ ਕਰ ਲਈ ਹੈ ਇੱਦਾਂ ਕੁਛ ਹਨਾ। ਹਾਂਜੀ, ਮੇਰਾ ਨਾ ਇੱਕ ਦੋਸਤ ਹੈਗਾ, ਜ਼ਿਆਦਾਤਰ ਇਸ ਟੌਪਿਕ 'ਤੇ ਗੱਲ ਕਰਦਾ ਹੁੰਦਾ, ਮੈਂ ਉਹਨੂੰ ਕਹਿੰਦਾ ਹੁੰਦਾ ਗਾ ਕਿ ਲਾਡੀ ਉਹਦਾ ਨਾ ਸੁਖਜਿੰਦਰ ਉਹਦਾ ਪੱਕਾ ਨਾ, ਮੈਂ ਕਹਿੰਦਾ ਹੁੰਦਾ ਲਾਡੀ ਜਿਹੜਾ ਗਾਉਣਾ ਨਾ ਇਹ ਜੇ ਸਹੀ ਗਾਉਣਾ ਤੂੰ ਸੱਚਾਂਗਾ, ਕਦੇ ਝੂਠ ਬੇਈਮਾਨੀ ਨਹੀਂ ਕਰੇਗੀ ਤੂੰ,
ਉਹ ਚੀਜ਼ ਨਿਕਲ ਕੇ ਸਾਹਮਣੇ ਇੱਕ ਨਾ ਇੱਕ ਦਿਨ ਆਉਣੀ ਹੀ ਆਉਣੀ ਆ, ਜਿੱਥੇ ਮਰਜ਼ੀ ਭੱਜ ਲਓ, ਗੁਣ ਹਮੇਸ਼ਾ ਸਹੀ ਗੁਣ ਨਿਕਲ ਕੇ ਆਉਣਾ ਹੀ ਆਉਣਾ ਗਾ। ਜਦੋਂ ਆਪਾਂ ਗਲਤ ਪੈ ਜਾਂਦੇ ਹਾਂ ਜਾਂ ਉਹਨੂੰ ਹੋਰ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਨਹੀਂ ਆਉਂਦਾ ਗਾ। ਆਪਾਂ ਸਹੀ ਆਂਗੇ, ਰੱਬ ਜਾਣਦਾ ਆਪਣਾ ਸਹੀ ਆ, ਸਾਰਾ ਕੁਝ ਸਹੀ ਹੋਊਗਾ ਹੋਊਗਾ। ਤੁਹਾਨੂੰ ਕੀ ਲੱਗਦਾ ਤੁਹਾਡੀ ਮਿਹਨਤ ਕਦੋਂ ਪੱਲੇ ਪਊਗੀ? ਮਤਲਬ ਤੁਸੀਂ ਰੱਬ 'ਚ ਇੰਨਾ ਭਰੋਸਾ, ਤੁਹਾਡੀਆਂ ਗੱਲਾਂ ਤੋਂ ਲੱਗਦਾ ਕਿ ਤੁਹਾਨੂੰ ਰੱਬ 'ਤੇ ਬੜਾ ਭਰੋਸਾ ਹੈ, ਤੇ ਫਿਰ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਮਿਹਨਤ ਜਿਹੜੀ ਹੈ ਉਹ ਕਦੋਂ ਪੱਲੇ ਪਊਗੀ, ਰੱਬ ਕਦੋਂ ਤੁਹਾਡੀ ਸੁਣੂਗਾ? ਬਸ ਉਹ ਤਾਂ ਫਿਰ ਉਹਦੇ ਹੀ ਹੱਥ ਹੈ ਜੀ, ਜੋ ਕਰਨਾ ਉਹਨੇ ਕਰਨਾ ਹੈਗਾ, ਆਪਾਂ ਤਾਂ ਪਹਿਲੇ ਦਿਨ ਤੋਂ ਹੀ ਉਹਦੇ ਤੇ ਯਕੀਨ ਕਰ ਦਿਆਂਗੇ। ਕਦੀ ਅੱਕ ਕੇ ਐ ਨਹੀਂ ਲੱਗਿਆ ਵੀ ਹੁਣ ਪੱਲੇ ਤਾਂ ਪੈਂਦਾ ਨਹੀਂ, ਕੋਈ ਮੈਨੂੰ ਫੋਨ ਤਾਂ ਕਰਕੇ ਬੁਲਾਉਂਦਾ ਨਹੀਂ, ਮੈਂ ਲਿਖਦਾ ਗਾਣੇ? ਨਹੀਂ ਐਵੇਂ ਨਹੀਂ ਲੱਗਾਗਾ, ਮੈਨੂੰ ਲੱਗਦਾ ਹੁੰਦਾ ਗਾ ਕੋਈ ਨਾ ਅੱਜ ਨਹੀਂ ਤਾਂ ਕੱਲ ਸਹੀ, ਕੱਲ ਨਹੀਂ ਤਾਂ ਪਰਸੋਂ ਆਪਣਾ ਟਾਈਮ ਜ਼ਰੂਰ ਆਊਗਾ। ਫਿਰ ਹਰ ਗਾਣਾ ਲਿਖਣ ਤੋਂ ਬਾਅਦ ਲੱਗਦਾ ਹੁਣ ਆਹ ਤੱਕ ਪਾਊਗਾ। ਹਾਂਜੀ ਆਹ ਤੱਕ ਪਾਊਗਾ। ਕੋਈ ਆਪਣਾ ਕੋਈ ਹੋਰ ਗਾਣਾ ਤੁਸੀਂ ਸੁਣਾਉਣਾ ਚਾਹੁੰਦੇ ਹੋ, ਕਿਉਂਕਿ ਪ੍ਰੋਗਰਾਮ ਦਾ ਵੀ ਸਮਾਂ ਹੋ ਗਿਆ? ਹਾਂਜੀ ਗਾਣੇ ਤਾਂ ਬਹੁਤ ਆ ਗਏ, ਕੁਛ ਕੁ ਦਿਨ ਪਹਿਲਾਂ ਇੱਕ ਗਾਣਾ ਲਿਖਿਆ ਗਾ ਕਿ ਬਸ ਉਦਾਂ ਹੀ ਜਜ਼ਬਾਤਾਂ 'ਚ ਆ ਜਾਂਦਾ ਲਿਖ ਦਈਦਾ ਗਾ। ਚੱਕ ਕੇ ਸਕੂਟੀ ਮੈਂ ਤਾਂ ਚੱਲੀ ਸੀ ਡਿਊਟੀ, ਨਾਲੇ ਬੇਬੀ ਸੀ ਸਕੂਲ ਵਿੱਚ ਛੱਡਣਾ, ਲਾਈਫ ਆ ਵੀ ਜੀ ਚੱਲੇ ਨਾ ਕੁਝ ਈਜੀ ਚੱਲੇ, ਟਾਈਮ ਵਿੱਚੋਂ ਟਾਈਮ ਪੈਂਦਾ ਕੱਢਣਾ। ਉਹ ਦਹਿਣ ਸੀ ਪੁਰਾਣੇ ਜਦੋਂ ਗਾਉਂਦੀ ਤੇਰੇ ਗਾਣੇ, ਉਹ ਦਹਿਣ ਸੀ ਪੁਰਾਣੇ ਜਦੋਂ ਗਾਉਂਦੀ ਤੇਰੇ ਗਾਣੇ, ਅੱਜ ਵੀ ਆਉਂਦਾ ਤੇਰਾ ਮੋਆ, ਕਹਿੰਦੀ ਦੇਖ ਕੇ ਬੈਨਰ ਮੈਂ ਤਾਂ ਕਾਲ ਲਾ ਲਈ, ਕਿਤੇ ਭੁੱਲ ਤਾਂ ਨੀ ਗਿਆ ਵੇ ਮੈਂ ਉਹ ਆ। ਇਹ ਵੀ ਖੂਬਸੂਰਤ ਗਾਣਾ, ਤੁਸੀਂ ਗਾਣੇ ਤਾਂ ਬਹੁਤ ਸੋਹਣੇ ਲਿਖਦੇ ਹੋ, ਤੇ ਮੈਂ ਉਮੀਦ ਕਰਦੀ ਹਾਂ ਕਿ ਜੇ ਸਾਡਾ ਇਹ ਪ੍ਰੋਗਰਾਮ ਕਿਸੇ ਸਿੰਗਰ ਤੱਕ, ਕਿਸੇ ਰਾਈਟਰ ਤੱਕ, ਕਿਸੇ ਪ੍ਰੋਡਿਊਸਰ ਤੱਕ ਪਹੁੰਚੇ ਤਾਂ ਜ਼ਰੂਰ ਤੁਹਾਨੂੰ ਬ੍ਰੇਕ ਮਿਲੇ ਤੇ ਤੁਹਾਡੇ ਤੱਕ ਅਪਰੋਚ ਜ਼ਰੂਰ ਕੀਤੀ ਜਾਵੇ। ਸਾਡੇ ਦਰਸ਼ਕਾਂ ਨਾਲ ਜਾਂਦੇ ਜਾਂਦੇ ਦੋ ਆਖਰੀ ਗੱਲਾਂ ਜਿਹੜੀਆਂ ਤੁਸੀਂ ਆਪਣੇ ਦਿਲ ਦੀਆਂ ਕਰਨਾ ਚਾਹੁੰਦੇ ਹੋ? ਇੱਕੋ ਚੀਜ਼ ਕਹਿੰਦਾ ਜੀ ਕਿ ਬੰਦੇ ਨੂੰ ਤਿੰਨ ਚੀਜ਼ਾਂ ਕਦੇ ਨਹੀਂ ਕਰਨੀਆਂ ਚਾਹੀਦੀਆਂ। ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ, ਬੇਈਮਾਨੀ ਨਹੀਂ ਕਰਨੀ ਚਾਹੀਦੀ, ਤੇ ਸੱਚੀ ਝੂਠੀ ਸੌ ਨਹੀਂ ਖਾਣੀ ਚਾਹੀਦੀ। ਆਹ ਤਿੰਨੋਂ ਚੀਜ਼ਾਂ ਮੈਂ ਕਦੇ ਨਹੀਂ ਕਰਦਾ ਗਈ। ਅੱਛਾ ਜੇ ਤੁਹਾਨੂੰ ਕਿਸੇ ਨੇ ਅਪਰੋਚ ਕਰਨਾ ਹੋਵੇ ਤੇ ਫਿਰ ਤੁਹਾਡੇ ਕੋਲ ਕਿਵੇਂ ਆਇਆ ਜਾਵੇ, ਪਿੰਡ ਕਿਵੇਂ ਪਹੁੰਚਿਆ ਜਾਵੇ ਜਾਂ ਫੋਨ ਨੰਬਰ ਵਗੈਰਾ ਤੁਹਾਡਾ? ਹਾਂਜੀ ਉਹ ਪਿੰਡ ਦੀਆਂ ਵੀ ਮੈਂ ਬੋਲ ਕੇ ਸੁਣਾਉਂਗਾ ਕਿ ਕੋਟੋ ਰੋਡ ਚੱਲੇ ਇੱਕ ਮੋਗੇ ਵੱਲ ਨੂੰ, ਪਿੰਡ ਪੈਂਦਾ ਮੇਰਾ ਰਾਹ ਵਿੱਚ ਨਹੀਂ, ਦਿਲ ਕਰੇ ਕਦੇ ਉੱਥੇ ਆ ਜਾਵੀਂ, ਲੌਂਗ ਲੈਚੀ ਪਾ ਪਿਆਵਾਂਗੇ ਚਾਹ ਵਿੱਚ ਨਹੀਂ, ਮੈਪ ਤੇ ਜੇ ਲੱਭੇ ਜ਼ਿਲ੍ਹਾ ਮੋਗਾ, ਪੰਜ ਗ੍ਰਾਈਂ ਖੁਰਦਾਊ ਨਾਂ ਵਿੱਚ ਨਹੀਂ, ਘੈਂਟ ਮੇਰਾ ਪਿੰਡ ਸੋਹਣੀ ਨਗਰੀ ਤੇ ਰੱਬ ਵਸੇ ਮੇਰੇ ਗ੍ਰਾਮ ਵਿੱਚ ਨਹੀਂ। ਤੁਸੀਂ ਆਪਣਾ ਕੋਈ ਪੇਜ ਜਾਂ ਕੋਈ ਆਪਣਾ ਫੋਨ ਨੰਬਰ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਜੇ ਕਿਸੇ ਨੇ ਤੁਹਾਨੂੰ ਅਪਰੋਚ ਕਰਨੀ ਹੋਵੇ, ਤੁਹਾਡਾ ਇਹ ਦੇਖ ਕੇ ਤੁਹਾਡੀ ਤਾਰੀਫ ਕਰਨੀ ਹੋਵੇ ਤਾਂ ਤੁਹਾਨੂੰ ਅਪਰੋਚ ਕਰ ਸਕਣੇ? ਹਾਂਜੀ ਮੋਬਾਈਲ ਨੰਬਰ ਮੇਰਾ 8584480 ਨੰਬਰ ਆ, ਤੇ ਇੰਸਟਾਗ੍ਰਾਮ ਆਈਡੀ ਮੇਰੀ ਜਗਦੀਪ ਸਿੰਘ 65 ਵੀ ਆ, ਤੇ ਮੇਰਾ ਇੰਸਟਾਗ੍ਰਾਮ ਪੇਜ ਆ 5 Town ਲਿਖਿਆ ਵਾ ਪੇਜ ਤੇ। ਜਗਦੀਪ ਜੀ ਅੱਜ ਸਾਡੇ ਕੋਲ ਆ ਕੇ ਆਪਣਾ ਐਕਸਪੀਰੀਅੰਸ ਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਸੋ ਦਰਸ਼ਕੋ ਇਹ ਸੀ ਜਗਦੀਪ ਸਿੰਘ ਜੋ 6ਵੀਂ ਕਲਾਸ ਤੋਂ ਲਿਖਦੇ ਆ ਰਹੇ ਨੇ, ਲਗਾਤਾਰ ਲਿਖ ਰਹੇ ਨੇ, ਤੇ ਤੁਸੀਂ ਇਹਨਾਂ ਦੇ ਗਾਣੇ ਵੀ ਸੁਣੇ ਨੇ, ਗਾਣੇ ਵਾਕਈ ਬਹੁਤ ਸੋਹਣੇ ਗਾਣੇ ਲਿਖੇ ਨੇ ਇਹਨਾਂ ਨੇ, ਔਰ ਮੈਨੂੰ ਇਹਨਾਂ ਗਾਣਿਆਂ ਦੇ ਵਿੱਚ ਕੁਝ ਵੀ ਅਜਿਹੀ ਲੱਚਰਤਾ ਜਾਂ ਕੁਝ ਇਹੋ ਜਿਹਾ ਨਹੀਂ ਨਜ਼ਰ ਆਇਆ ਜੋ ਅਸ਼ਲੀਲ ਪੁਣਾ ਸ਼ੋਅ ਕਰਦਾ ਹੋਵੇ। ਸਿੰਪਲ ਸੋਬਰ ਗਾਣੇ ਜੋ ਮਨ ਦੇ ਭਾਵਾਂ ਨੂੰ ਚੰਗੇ ਤਰੀਕੇ ਨਾਲ ਪ੍ਰਗਟ ਕਰ ਰਹੇ ਸੀ, ਤੇ ਮੈਂ ਉਮੀਦ ਕਰਾਂਗੀ ਕਿ ਕੋਈ ਨਾ ਕੋਈ ਜੋ ਇਹ ਪ੍ਰੋਗਰਾਮ ਦੇਖ ਰਿਹਾ ਹੈ ਜ਼ਰੂਰ ਇਹਨਾਂ ਨੂੰ ਅਪਰੋਚ ਕਰੇ, ਤੇ ਇਹਨਾਂ ਦੀ ਮਿਹਨਤ ਤੇ ਗੁਣ ਜਿਹੜਾ ਹੈ ਉਹ ਵੀ ਜ਼ਰੂਰ ਪੱਲੇ ਪਵੇ, ਅਜਾਈਂ ਟੈਲੈਂਟ ਜਿਹੜਾ ਹੈਗਾ ਉਹ ਅਜਾਈਂ ਨਾ ਜਾਵੇ ਬਿਲਕੁਲ, ਉਸ ਟੈਲੈਂਟ ਦੀ ਕਦਰ ਹੋਣੀ ਚਾਹੀਦੀ ਹੈ, ਉਸ ਟੈਲੈਂਟ ਦਾ ਮੁੱਲ ਪੈਣਾ ਜ਼ਰੂਰੀ ਹੋ ਜਾਂਦਾ ਹੁੰਦਾ। ਸੋ ਅਗਲੇ ਐਪੀਸੋਡ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ ਨਵੇਂ ਗੈਸਟ ਦੇ ਨਾਲ, ਨਵੇਂ ਟੈਲੈਂਟ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।